ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੂੰ ਚੋ ਸੱਜਣ ਮੰਡਿਆ ਡੇਈ ਸੇ ਸੇ ਉਤਾਰ ਨੈਨ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਹੋ ਆਇਆ ਦੂਰੋਂ ਚੱਲ ਕੇ ਮੈਂ ਥੱਕੀ ਤੋ ਸਰਮਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਰ ਦਿਆਲਾ ਨਾਨਕ ਘਰ ਕੇ ਖੁੱਲੇ ਹੋਵੇ ਸਿਫਤ ਖਸਨ ਨਰਸੋਂ ਕੁਰਸੋਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੱਖਣੇ ਮਹੱਲਾ ਪੰਜਵਾਂ ਜਿਨ੍ਹਾਂ ਪਿੱਛੇ ਹੋ ਗਏ ਸੇ ਮੈਂ ਪਿੱਛੇ ਪੀਰ ਵਿਆਸ ਜਿਨ੍ਹਾਂ ਕੀ ਮੈਂ ਆਸੜੀ ਤਿੰਨਾ ਮਹਿੰਜੀ ਆਸ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤ ਨੇ ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਸਤਿਗੁਰੂ ਮਹਾਰਾਜ ਕਿਰਪਾ ਕਰਕੇ ਇਸ ਵੇਲੇ ਸਤਸੰਗਤ ਦੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਦਿਆਂ ਹੋਇਆਂ ਗੁਰਬਾਣੀ ਦੀ ਜੋ ਦਾਤ ਹੈ ਕਥਾ ਦੇ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਪਾਤਸ਼ਾਹ ਦੀ ਬਾਣੀ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੱਖਣੇ ਮਹੱਲਾ ਪੰਜਵਾਂ
ਮਾਰੂ ਡੱਕਣਿਆਂ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਇਹ ਸਾਨੂੰ ਬਖਸ਼ਦੇ ਹਨ। ਜਿਨ੍ਹਾਂ ਪਿੱਛਾ ਹੋ ਗਏ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਪਦਾਰਥਾਂ ਦੇ ਪਿੱਛੇ ਅਸੀਂ ਪਹਿਲਾਂ ਤੁਰੇ ਫਿਰਦੇ ਸੀ, ਜਦੋਂ ਬੰਦਗੀ ਨੇ ਨਾ ਕੀਤੀ, ਨਾਮ ਨਹੀਂ ਨਾ ਜਪਿਆ, ਉਦੋਂ ਪਦਾਰਥਾਂ ਦੇ ਪਿੱਛੇ ਅਸੀਂ ਤੁਰੇ ਫਿਰਦੇ ਸੀ ਅਤੇ ਪਦਾਰਥ ਸਾਡੇ ਹੱਥ ਨਹੀਂ ਸੀ ਆਉਂਦੇ, ਅੱਗੇ ਅੱਗੇ ਦੌੜੇ ਜਾਂਦੇ। ਕੋਈ ਵਿਅਕਤੀ ਸੂਰਜ ਨੂੰ ਪਿੱਠ ਕਰ ਲਵੇ ਅਤੇ ਉਸਦਾ ਪਰਛਾਵਾਂ ਉਹਦੇ ਹੱਥ ਨਹੀਂ ਆਉਂਦਾ ਹੈ, ਅੱਗੇ ਅੱਗੇ ਦੌੜਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜਿੰਨਾ ਚਿਰ ਗੁਰੂ ਰੂਪ ਸੂਰਜ ਵੱਲ ਮੂੰਹ ਨਹੀਂ ਨਾ ਕੀਤਾ, ਪਿੱਠ ਕਰ ਲਈ, ਅਤੇ ਜਿਹੜੇ ਪਦਾਰਥ ਚਾਹੀਦੇ ਸਾਨੂੰ ਮਿਲੇ ਨਹੀਂ, ਉਹਨਾਂ ਦੇ ਪਿੱਛੇ ਪਿੱਛੇ ਅਸੀਂ ਦੌੜਦੇ ਰਹੇ, ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਜਿਨ੍ਹਾਂ ਪਦਾਰਥਾਂ ਦੇ ਪਿੱਛੇ ਕੱਲ੍ਹ ਭੱਜੇ ਫਿਰਦੇ ਸੀ ਪਰ ਮਿਲਦੇ ਨਹੀਂ, ਅਤੇ ਮਹਾਰਾਜ ਫਰਮਾਉਂਦੇ ਹਨ, ਹੁਣ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਜਦੋਂ ਦੀ ਬੰਦਗੀ ਕਰਨੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਜਿਨ੍ਹਾਂ ਪਦਾਰਥਾਂ ਦੇ ਪਿੱਛੇ ਮੈਂ ਭੱਜਿਆ ਫਿਰਦਾ ਸੀ, ਅੱਜ ਉਹ ਪਦਾਰਥ ਮੇਰੇ ਪਿੱਛੇ ਭੱਜੇ ਫਿਰਦੇ। ਸੋ ਮਹਾਰਾਜ ਕਹਿਣ ਲੱਗੇ, ਐਸੀ ਕਿਰਪਾ ਹੋਈ ਜਿਨ੍ਹਾਂ ਨੇ ਸੂਰਜ ਵੱਲ ਮੂੰਹ ਕਰ ਲਿਆ ਹੈ, ਉਹਨਾਂ ਦਾ ਪਰਛਾਵਾਂ ਉਹਨਾਂ ਦੇ ਮਗਰ ਮਗਰ ਤੁਰਿਆ ਆਉਂਦਾ ਹੈ। ਜਿਹੜੇ ਸੂਰਜ ਵੱਲ ਪਿੱਠ ਕਰ ਲੈਂਦੇ, ਉਹਨਾਂ ਦਾ ਪਰਛਾਵਾਂ ਅੱਗੇ ਅੱਗੇ ਦੌੜਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ ਹੈ, ਗੁਰੂ ਵੱਲ ਆਪਣਾ ਮੁੱਖ ਨਹੀਂ ਕੀਤਾ, ਜਿਹੜੇ ਪਦਾਰਥਾਂ ਨੂੰ ਚਾਹੁੰਦੇ ਸੀ ਉਹ ਪਦਾਰਥ ਅੱਗੇ ਅੱਗੇ ਭੱਜਦੇ ਰਹੇ, ਹੱਥ ਹੀ ਨਹੀਂ ਆਏ, ਅਤੇ ਜਦੋਂ ਗੁਰੂ ਵੱਲ ਮੁੱਖ ਕਰ ਲਿਆ ਨਾ, ਨਾਮ ਜਪਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਪਦਾਰਥਾਂ ਦੀ ਇੱਛਾ ਨਹੀਂ ਵੀ ਹੈ ਉਹ ਵੀ ਪਦਾਰਥ ਮਗਰ ਮਗਰ ਭੱਜੇ ਆਉਂਦੇ, ਸਾਨੂੰ ਅੰਗੀਕਾਰ ਕਰੋ, ਸਾਨੂੰ ਅੰਗੀਕਾਰ ਕਰੋ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਮਹਾਰਾਜ ਕਹਿਣ ਲੱਗੇ, ਜਿਹੜੀ ਮਾਇਆ ਹੈ ਨਾ, ਦਾਸੀ ਬਣ ਕੇ, ਸੇਵਕ ਬਣ ਕੇ ਭਗਤਾਂ ਦੇ ਮਗਰ ਮਗਰ ਤੁਰੀ ਫਿਰਦੀ ਹੈ, ਮੈਨੂੰ ਵਰਤੋ ਜੀ, ਮੈਨੂੰ ਵਰਤੋ, ਮੈਨੂੰ ਅੰਗੀਕਾਰ ਕਰੋ, ਮੈਨੂੰ ਸਫਲਿਆ ਕਰੋ। ਇਹ ਐਸਾ ਨਾਮ ਦਾ ਪ੍ਰਤਾਪ ਹੈ ਵੀ ਨਾਮ ਜਪਣ ਵਾਲਿਆਂ ਦੇ ਮਗਰ ਇਹ ਸੰਸਾਰ ਦੇ ਪਦਾਰਥ ਭੱਜੇ ਹੀ ਫਿਰਦੇ, ਪਰ ਇਹ ਉਦੋਂ ਭੱਜੇ ਫਿਰਦੇ ਜਦੋਂ ਨਾਮ ਜਪਿਆ ਹੈ। ਪਹਿਲਾਂ ਤਾਂ ਸਾਰੀ ਜ਼ਿੰਦਗੀ ਵਿਅਕਤੀ ਭੱਜਾ ਫਿਰਦਾ ਇਹਨਾਂ ਪਦਾਰਥਾਂ ਦੇ ਮਗਰ, ਭੱਜਦਿਆਂ ਭੱਜਦਿਆਂ ਉਹ ਪਦਾਰਥ ਹੱਥ ਨਹੀਂ ਆਏ, ਪਰ ਕਹਿਣ ਲੱਗੇ ਜਦੋਂ ਬੰਦਗੀ ਕੀਤੀ ਹੈ ਅਤੇ ਉਹ ਫਿਰ ਪਦਾਰਥ ਹੱਥ ਆ ਗਏ, ਹੁਣ ਤਾਂ ਮਗਰ ਮਗਰ ਆਪ ਪਦਾਰਥ ਤੁਰੇ ਫਿਰਦੇ ਹਨ। ਜਿਨ੍ਹਾਂ ਕੀ ਮੈਂ ਆਸੜੀ, ਜਿਨ੍ਹਾਂ ਸੰਬੰਧੀਆਂ ਦੀ ਆਸ ਸੀ ਵੀ ਫਲਾਣਾ ਮੇਰਾ ਮਾਮਾ ਲੱਗਦਾ, ਚਾਚਾ ਲੱਗਦਾ, ਮੇਰੇ ਨਾਨਕਿਆਂ ਦੀ ਬੜੀ ਪਹੁੰਚ ਹੈ, ਮੇਰੇ ਦਾਦਕਿਆਂ ਦੀ ਬੜੀ ਪਹੁੰਚ ਹੈ, ਮੈਨੂੰ ਉਹਨਾਂ ਦੀ ਆਸ ਹੈ, ਦੁੱਖ ਪੈਣ 'ਤੇ ਉਹ ਮੇਰੀ ਮਦਦ ਜ਼ਰੂਰ ਕਰਨਗੇ, ਮੇਰੇ ਭੈਣਾਂ ਭਰਾ, ਜਿਨ੍ਹਾਂ ਦੀ ਆਸ ਅੱਜ ਮੈਂ ਰੱਖ ਕੇ ਬੈਠਾ ਹਾਂ। ਅਤੇ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਫਿਰ ਇਹੋ ਜੀ ਕਿਰਪਾ ਹੋਈ, ਪਰਮਾਤਮਾ ਨੇ ਏਡੇ ਵੱਡੇ ਬਣਾ ਦਿੱਤਾ ਨਾਮ ਜਪਿਆ, ਅੱਜ ਉਹਨਾਂ ਰਿਸ਼ਤੇਦਾਰਾਂ ਨੂੰ ਮੇਰੀ ਆਸ ਹੋ ਗਈ ਹੈ। ਉਲਟਾ ਕਰ ਦਿੱਤਾ ਨਾ ਮਹਾਰਾਜ ਨੇ ਕਾਰਜ, ਕੱਲ੍ਹ ਰਿਸ਼ਤੇਦਾਰਾਂ ਦੇ ਮਗਰ ਮਗਰ ਮੈਂ ਦੌੜਿਆ ਫਿਰਦਾ ਸੀ ਵੀ ਮਾਮੇ ਨਾਲ ਬਣਾ ਕੇ ਰੱਖੀਏ, ਨਾਨਕਿਆਂ ਨਾਲ ਬਣਾ ਕੇ ਰੱਖੀਏ, ਦਾਦਕਿਆਂ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਮੁਸੀਬਤ ਪਵੇਗੀ ਤਾਂ ਕਿਤੇ ਕੰਮ ਆ ਜਾਣਗੇ, ਆਸ ਰੱਖ ਕੇ ਬੈਠਾ ਸੀ ਨਾ।
ਪਾਤਸ਼ਾਹ ਕਹਿਣ ਲੱਗੇ ਅੱਜ ਗੁਰੂ ਨੇ ਇੰਨਾ ਸਮਰੱਥ ਕਰ ਦਿੱਤਾ ਨਾਮ ਜਪਣ ਕਰਕੇ, ਅੱਜ ਉਹਨਾਂ ਨਾਨਕਿਆਂ ਦਾਦਕਿਆਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਮੇਰੀ ਆਸ ਹੋ ਗਈ ਆ ਵੀ ਉਹਦੇ ਨਾਲ ਜੁੜੀਏ, ਉਹਦੇ ਕੋਲ ਜਾ ਕੇ ਬੈਠੀਏ, ਅਰਦਾਸ ਕਰੇਗਾ, ਸਾਡੇ ਭਲੇ ਦਾ ਬਚਨ ਕਰੇਗਾ ਅਤੇ ਅਸੀਂ ਵੀ ਸਫਲੇ ਹੋ ਜਾਵਾਂਗੇ। ਇੱਕ ਵਾਰੀ ਆਖੀਏ ਸਤਨਾਮ। ਇਹ ਨਾਮ ਦੀ ਮਹਿਮਾ, ਜਿਨ੍ਹਾਂ ਦੇ ਪਿੱਛੇ ਕੱਲ੍ਹ ਮੈਂ ਦੌੜਿਆ ਫਿਰਦਾ ਉਹ ਅੱਜ ਮੇਰੇ ਪਿੱਛੇ ਦੌੜੇ ਫਿਰਦੇ। ਮਹਾਰਾਜ ਫਿਰ ਫਰਮਾਉਂਦੇ ਹਨ, ਜਿਨ੍ਹਾਂ ਦੀ ਮੈਂ ਆਸ ਕਰਦਾ ਸੀ ਮਿੱਤਰਾਂ ਦੀ, ਵੀ ਆਹ ਦੋਸਤ ਮਿੱਤਰ ਮੇਰੇ ਨੇ, ਇਹ ਮੇਰੀ ਥਾਂ 'ਤੇ ਬੜੀ ਮਦਦ ਕਰਨਗੇ, ਜਿਨ੍ਹਾਂ ਮਿੱਤਰਾਂ ਦੀ ਕੱਲ੍ਹ ਮੈਨੂੰ ਬੜੀ ਭਾਰੀ ਆਸ ਲੱਗ ਰਹੀ ਹੈ, ਅੱਜ ਉਹਨਾਂ ਮਿੱਤਰਾਂ ਨੂੰ ਮੇਰੀ ਆਸ ਹੋ ਗਈ। ਇਹ ਦੂਜਾ ਅਰਥ ਕੀਤਾ, ਅੱਜ ਮਿੱਤਰ ਮੇਰੀ ਆਸ 'ਤੇ ਬੈਠੇ, ਕਹਿਣ ਲੱਗੇ ਵੀ ਉਹ ਫਲਾਣਾ ਆਪਣਾ ਮਿੱਤਰ ਹੁੰਦਾ ਸੀ ਨਾ, ਉਹ ਆਪਣੀ ਬਾਂਹ ਫੜੇਗਾ, ਕੱਲ੍ਹ ਮੈਂ ਮਿੱਤਰਾਂ ਦੀ ਆਸ ਰੱਖ ਕੇ ਬੈਠਾ, ਅੱਜ ਗੁਰੂ ਪਾਤਸ਼ਾਹ ਨੇ ਇੰਨਾ ਸਮਰੱਥ ਕਰ ਦਿੱਤਾ ਹੈ, ਅੱਜ ਉਹਨਾਂ ਮਿੱਤਰਾਂ ਨੂੰ ਮੇਰੀ ਆਸ ਹੋ ਗਈ, ਐਸੀ ਕਿਰਪਾ ਕਰਦੇ ਹਨ। ਮਹੱਲਾ ਪੰਜਵਾਂ, ਗਿੱਲੀ ਗਿੱਲੀ ਰੋਡੜੀ। ਮਹਾਰਾਜ ਕਹਿਣ ਲੱਗੇ ਇੱਕ ਉਦਾਹਰਣ ਹੈ, ਗਿੱਲੀ ਗਿੱਲੀ ਜਿਵੇਂ ਗੁੜ ਦੀ ਭੇਲੀ ਹੁੰਦੀ ਹੈ, ਗੁੜ ਕਹਿੰਦੇ ਨਾ ਗੁੜ ਦੀ ਰਿਓੜੀ, ਜਦੋਂ ਕੋਈ ਵਿਅਕਤੀ ਕਿਸਾਨ ਗੁੜ ਬਣਾਉਂਦਾ ਹੈ ਅਤੇ ਗੁੜ ਜਦੋਂ ਬਣਾ ਬਣਾ ਕੇ ਉਹਦੀਆਂ ਨਿੱਕੀਆਂ ਨਿੱਕੀਆਂ ਢੇਰੀਆਂ ਪਾ ਕੇ ਰੱਖਦਾ, ਉਹ ਗਿੱਲੀਆਂ ਹੁੰਦੀਆਂ। ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ, ਇਹ ਜਿਹੜੀ ਗੁੜ ਦੀ ਰੋਡੜੀ ਹੈ, ਗਿੱਲੀ ਹੈ, ਅਜੇ ਸੁੱਕੀ ਨਹੀਂ ਹੈ, ਅਤੇ ਭਾਉਣ ਵਾਲੀ ਕੌਣ ਹੈ? ਭਾਉਣ ਵਾਲੀ ਹੈ ਮੱਖੀ। ਮੱਖੀ ਭਾਵ ਭਾਵ ਗੇੜਾ ਕੱਢ ਕੇ, ਗੇੜਾ ਕੱਢ ਕੇ ਮੱਖੀ ਨੇ ਵੇਖਿਆ ਵੀ ਇੱਥੇ ਗੁੜ ਪਿਆ ਹੈ, ਹੋਰਾਂ ਪਾਸਿਆਂ ਤੋਂ ਗੇੜੇ ਕੱਢਦੀ ਹੋਈ ਮੱਖੀ ਉੱਤੇ ਉਹਦੇ ਆ ਕੇ ਬਹਿ ਗਈ। ਮੱਖੀ ਨੂੰ ਲੱਗਾ ਗੁੜ ਚੰਗਾ, ਕਿਉਂਕਿ ਗਿੱਲਾ ਤਾਜ਼ਾ ਹੀ ਗੁੜ ਹੈ, ਤਾਜ਼ਾ ਗੁੜ ਵੇਖ ਕੇ ਉਹਦੇ ਉੱਪਰ ਮੱਖੀ ਬੈਠ ਗਈ ਹੈ। ਜੋ ਬੈਠਾ ਸੋ ਫਾਥਿਆ। ਮਹਾਰਾਜ ਕਹਿਣ ਲੱਗੇ ਜਿਹੜੀ ਮੱਖੀ ਦੇ ਮਾੜੇ ਭਾਗ ਨੇ ਉਹ ਤਾਂ ਗੁੜ ਦੇ ਉੱਪਰ ਬੈਠ ਗਈ ਹੈ ਅਤੇ ਬੈਠਣ ਕਰਕੇ ਫਸ ਗਈ ਹੈ। ਕਾਰਨ ਕੀ ਹੈ? ਗੁੜ ਅਜੇ ਗਿੱਲਾ ਹੈ ਅਤੇ ਮੱਖੀ ਦੇ ਪੈਰ ਵੀ ਵਿੱਚੇ ਹੀ ਖੁੱਭ ਗਏ, ਉਹਦੇ ਖੰਭ ਵੀ ਵਿੱਚੇ ਹੀ ਗਿੱਲੇ ਹੋ ਗਏ। ਹੁਣ ਉਹਦੇ ਵਿੱਚ ਸਮਰੱਥਾ ਨਹੀਂ ਰਹੀ ਵੀ ਮੈਂ ਉੱਡ ਜਾਵਾਂ, ਹੁਣ ਤਾਂ ਉਹ ਮਰੇਗੀ। ਆਈ ਗੁੜ ਖਾਣ ਹੈ, ਗੁੜ ਨੇ ਉਹਨੂੰ ਖਾ ਲਿਆ, ਕਿਉਂਕਿ ਗੁੜ ਗਿੱਲਾ ਹੈ, ਹੁਣੇ ਹੀ ਅਜੇ ਤਾਜ਼ਾ ਹੀ ਬਣਾ ਕੇ ਰੱਖਿਆ, ਸੁੱਕਿਆ ਨਹੀਂ। ਗਿੱਲੇ ਗੁੜ 'ਤੇ ਬੈਠਣ ਕਰਕੇ ਮੱਖੀ ਬੈਠੀ ਜ਼ਰੂਰ ਹੈ, ਕਈਆਂ ਥਾਵਾਂ ਤੋਂ ਭੱਵ ਕੇ ਫਿਰ ਕੇ ਘੁੰਮ ਕੇ ਆਈ ਹੈ, ਗੁੜ ਦੇ ਉੱਪਰ ਵੀ ਚੱਕਰ ਕੱਟੇ, ਹੁਣ ਬੈਠ ਗਈ। ਕਹਿਣ ਲੱਗੇ ਫਸ ਗਈ ਹੈ, ਕਿਉਂਕਿ ਪੈਰ ਉਹਦੇ ਵਿੱਚ ਖੁੱਭ ਗਏ ਨੇ, ਖੰਭ ਵੀ ਉਹਦੇ ਵਿੱਚੇ ਹੀ ਲੱਗ ਗਏ ਹਨ। ਭਾਗ ਮਥਾਏ, ਪਰ ਜਿਨ੍ਹਾਂ ਦੇ ਚੰਗੇ ਭਾਗ ਉਹ ਮੱਖੀਆਂ ਬੈਠੀਆਂ ਹੀ ਨਹੀਂ ਗੁੜ 'ਤੇ। ਜਿਸ ਕਿਸੇ ਮੱਖੀ ਦੀ ਜ਼ਿੰਦਗੀ ਅਜੇ ਬਾਕੀ ਹੈ ਨਾ, ਪਰਮਾਤਮਾ ਨੇ ਇਹੋ ਜਿਹਾ ਪ੍ਰੇਰਿਆ ਵੀ ਉਹ ਮੱਖੀ ਗੁੜ 'ਤੇ ਬੈਠੀ ਨਹੀਂ ਹੈ, ਉਹਨੂੰ ਪਤਾ ਲੱਗ ਗਿਆ ਵੀ ਇਹ ਫਸ ਗਈਆਂ ਅਤੇ ਮੈਂ ਵੀ ਫਸ ਜਾਣਾ ਹੈ। ਗੁਰਮੁਖੋ, ਇਹ ਦੁਨਿਆਵੀ ਉਦਾਹਰਣ ਹੈ, ਸੰਸਾਰੀ ਉਦਾਹਰਣ ਸਮਝਣ ਵਾਸਤੇ ਵੀ ਗੁੜ 'ਤੇ ਮੱਖੀ ਕਿਵੇਂ ਫਸਦੀ ਹੈ। ਮੱਖੀ ਮਿੱਠਾ ਮਰਨਾ, ਮਿੱਠੇ ਵਿੱਚ ਪੈ ਕੇ ਮੱਖੀ ਮਰਦੀ ਹੈ। ਹੁਣ ਇਸੇ ਸਲੋਕ ਨੂੰ ਮਹਾਰਾਜ ਸਾਨੂੰ ਸਮਝਾਉਂਦੇ ਹਨ। ਮਹਾਰਾਜ ਕਹਿਣ ਲੱਗੇ ਇਹ ਜਿਹੜੀ ਮਾਇਆ ਹੈ ਨਾ ਗੁਰਮੁਖੋ, ਜਿਹਨਾਂ ਪਿੱਛੇ ਆਪਾਂ ਭੱਜੇ ਫਿਰਦੇ ਹਾਂ, ਮਾਇਆ ਵੀ ਗਿੱਲੀ ਰੋੜੀ ਹੈ ਗੁੜ ਦੀ। ਮਾਇਆ ਤਾਂ ਹੈ ਗੁੜ ਦੀ ਭੇਲੀ, ਗਿੱਲਾਪਣ ਕੀ ਹੈ? ਜਿਹੜਾ ਮੋਹ ਹੈ ਨਾ ਆਪਣੇ ਜੀਆਂ ਦਾ, ਰਿਸ਼ਤੇਦਾਰਾਂ ਦਾ, ਘਰ ਦਾ, ਜਾਇਦਾਦ ਦਾ, ਇਹ ਹੈ ਭਾਈ ਇਹਦੇ ਵਿੱਚ ਗਿੱਲਾਪਣ। ਇਹ ਜਿਹੜੀ ਮਾਇਆ ਹੈ, ਜਿੰਨਾ ਵੀ ਇਹ ਪਦਾਰਥ ਵਸਤੂਆਂ ਤੂੰ ਵੇਖਦਾ ਪਿਆ ਨਾ ਅੱਖਾਂ ਦੇ ਨਾਲ, ਇਹ ਸਭ ਕੁਝ ਮਾਇਆ ਹੈ।
ਇਹਦੇ ਵਿੱਚ ਜਿਹੜਾ ਮੋਹ ਲਾ ਕੇ ਬੈਠ ਗਿਆ ਨਾ ਵੀ ਆਹ ਘਰ ਵੀ ਮੇਰਾ ਹੀ ਹੈ, ਕੋਈ ਆ ਨਹੀਂ ਸਕਦਾ, ਜ਼ਮੀਨ ਜਾਇਦਾਦ ਮੇਰੀ ਹੈ, ਕੋਈ ਆ ਨਹੀਂ ਸਕਦਾ, ਇਹਦਾ ਕੋਈ ਹੱਕ ਨਹੀਂ ਲੈ ਸਕਦਾ, ਇਹ ਪੁੱਤਰ ਧੀਆਂ ਰਿਸ਼ਤੇਦਾਰ ਇਹ ਸਾਰੇ ਮੇਰੇ ਹੀ ਨੇ, ਇਹ ਜਿਹੜਾ ਮੋਹ ਪਾ ਕੇ ਬੈਠਾ ਹੈ। ਪਾਤਸ਼ਾਹ ਕਹਿਣ ਲੱਗੇ ਪਦਾਰਥਾਂ ਰੂਪੀ ਜਾਂ ਮਾਇਆ ਰੂਪੀ ਇਹ ਗਿੱਲੀ ਰੋੜੀ ਹੈ ਅਤੇ ਮੋਹ ਇਹਦੇ ਵਿੱਚ ਪਰਮਾਤਮਾ ਨੇ ਪਾ ਦਿੱਤਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਜੀਵ ਰੂਪੀ ਮੱਖੀ ਜਿਹੜੀ ਹੈ ਭਾਵ ਭਾਵ ਸੰਸਾਰ ਵਿੱਚ ਘੁੰਮ ਘੁੰਮ ਕੇ ਕਦੇ ਇੱਕ ਜਨਮ ਵਿੱਚ ਆਈ ਹੈ ਉੱਥੋਂ ਨਿਕਲੀ ਅਤੇ ਦੂਜੇ ਜਨਮ ਦੂਜੇ 'ਚੋਂ ਨਿਕਲੀ ਤੀਜੇ ਜਨਮ, ਜਿਵੇਂ ਮੱਖੀ ਭੌਂਦੀ ਹੈ ਨਾ ਵਾਰ ਵਾਰ ਚੱਕਰ ਕੱਢਦੀ ਹੈ, ਸਾਡੀ ਆਤਮਾ ਨੇ ਵੀ ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਚੱਕਰ ਕੱਢੇ ਸੰਸਾਰ ਦੇ ਵਿੱਚ ਆ ਆ ਕੇ। ਜੋ ਬੈਠੇ ਸੋ ਸਿਫਾਥਿਆ, ਗੁਰਮੁਖੋ ਜਿਹੜੇ ਇਹ ਮਾਇਆ ਦੇ ਵਿੱਚ ਆ ਕੇ ਬੈਠਣਗੇ ਨਾ, ਮਾਇਆ ਰੂਪੀ ਗੁਣ ਦੇ ਉੱਪਰ ਆ ਕੇ ਬੈਠਣਗੇ, ਉਹ ਫਾਥਿਆ ਫਾਸ ਹੀ ਜਾਣਗੇ, ਮਾਇਆ ਨੇ ਉੱਡਣ ਹੀ ਨਹੀਂ ਦੇਣਾ। ਮੱਖੀ ਗਿੱਲੇ ਗੁੜ 'ਤੇ ਬੈਠੇਗੀ, ਜਿੰਨਾ ਮਰਜ਼ੀ ਜ਼ੋਰ ਲਾਵੇ ਨਿਕਲ ਨਹੀਂ ਸਕੇਗੀ। ਇਸੇ ਤਰ੍ਹਾਂ ਇਹ ਪਦਾਰਥ ਨੇ, ਜਿਹੜਾ ਪਦਾਰਥਾਂ ਦੀ ਇੱਛਾ ਰੱਖੇਗਾ ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਇੱਥੋਂ ਨਿਕਲ ਨਹੀਂ ਸਕੇਗਾ। ਇੱਕ ਪਾਸਿਓਂ ਨਿਕਲਦਾ ਅਤੇ ਦੂਜਾ ਪਾਸਾ ਫੜਿਆ ਜਾਂਦਾ। ਇਹ ਸੰਸਾਰ ਦਾ ਮੋਹ ਇਹੋ ਜਿਹਾ ਵੀ ਮੋਹ ਨੇ ਇੱਥੋਂ ਨਿਕਲਣ ਨਹੀਂ ਦੇਣਾ। ਪਰਮਾਤਮਾ ਮੇਰੇ ਫਲਾਣੇ ਰਿਸ਼ਤੇਦਾਰ ਨੂੰ ਦੁੱਖ ਆ ਗਿਆ, ਉਹਦਾ ਦੁੱਖ ਮੈਨੂੰ ਦੇ ਦੇ ਅਤੇ ਉਹਨੂੰ ਬਾਹਰ ਕੱਢ ਲਾ। ਫਲਾਣਾ ਰਿਸ਼ਤੇਦਾਰ ਮਿੱਤਰ ਪੁੱਤਰ ਭਰਾ ਉਹਨੂੰ ਦੁੱਖ ਆ ਗਿਆ, ਉਹਦਾ ਦੁੱਖ ਮਹਾਰਾਜ ਕੱਟ ਦੇ। ਦੂਜਿਆਂ ਦੇ ਦੁੱਖ ਲੈਂਦਿਆਂ ਲੈਂਦਿਆਂ ਆਪ ਵੀ ਦੁਨੀਆ ਤੋਂ ਨਿਕਲ ਨਹੀਂ ਸਕਿਆ, ਆਪ ਵੀ ਡੁੱਬ ਗਿਆ। ਮਹਾਰਾਜ ਕਹਿਣ ਲੱਗੇ ਭਾਈ ਇਹ ਮਾਇਆ ਰੂਪੀ ਜਿਹੜਾ ਗੁੜ ਹੈ ਨਾ, ਇਹਦੇ ਉੱਪਰ ਜੀਵ ਰੂਪੀ ਮੱਖੀ ਬੈਠ ਗਈ ਹੈ, ਜਿਹੜਾ ਮੋਹ ਪਾਇਆ ਇਹ ਹੈ ਗਿੱਲਾ ਪੁਣਾ, ਇਹ ਹੈ ਗਿੱਲਾ ਗੁੜ, ਅਤੇ ਜਿਹੜਾ ਇਹਦੇ ਉੱਪਰ ਆ ਕੇ ਬੈਠੇਗਾ ਨਾ ਪਦਾਰਥਾਂ ਦੇ, ਉਹ ਫਿਰ ਨਿਕਲ ਨਹੀਂ ਸਕਦਾ ਹੈ। ਉਬਰੇ ਭਾਗ ਮਿਥਾਏ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਨੇ ਉਹ ਇਹ ਮਾਇਆ ਰੂਪੀ ਗੁੜ ਤੋਂ ਪਰੇ ਹੋ ਜਾਣਗੇ, ਪਰ ਵੱਡਿਆਂ ਭਾਗਾਂ ਵਾਲੇ। ਗੁਰਮੁਖੋ ਜਦੋਂ ਮੁਸਲਮਾਨਾਂ ਦਾ ਰਾਜ ਸੀ ਨਾ ਸਾਡੇ ਇਸ ਪੰਜਾਬ ਦੀ ਧਰਤੀ 'ਤੇ, ਉਹਨਾਂ ਨੇ ਗੁੜ ਸ਼ਬਦ ਕਹਿਣ ਤੋਂ ਪਾਬੰਦੀ ਲਾ ਦਿੱਤੀ ਵੀ ਗੁੜ ਨਹੀਂ ਕਹਿਣਾ ਹੈ, ਤੁਸੀਂ ਗੁੜ ਕਹੋਗੇ ਤੁਹਾਨੂੰ ਗੁਰੂ ਚੇਤੇ ਆਵੇਗਾ। ਅਤੇ ਲੋਕਾਂ ਨੇ ਪੁੱਛਿਆ ਵੀ ਗੁੜ ਨੂੰ ਕੀ ਕਹੀਏ, ਕਹਿੰਦੇ ਗੁੜ ਨੂੰ ਰੋੜੀ ਕਿਹਾ ਕਰੋ। ਅਤੇ ਉਦੋਂ ਤੋਂ ਗੁੜ ਨੂੰ ਰੋੜੀ ਕਹਿਣ ਲੱਗੇ, ਪਹਿਲਾਂ ਗੁੜ ਨੂੰ ਗੋੜੀ ਕਹਿੰਦੇ, ਕਹਿਣ ਲੱਗੇ ਤੁਹਾਨੂੰ ਗੁੜ ਤੋਂ ਗੁਰੂ ਚੇਤੇ ਆ ਜਾਣਾ, ਤੁਹਾਨੂੰ ਗੁਰੂ ਚੇਤੇ ਆ ਗਿਆ ਤੁਸੀਂ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਲੜਾਈ ਕਰੋਗੇ, ਸ਼ਹੀਦੀ ਦਿਓਗੇ, ਕੁਰਬਾਨੀ ਕਰੋਗੇ, ਅਸੀਂ ਤੁਹਾਨੂੰ ਗੁਰੂ ਚੇਤੇ ਆਉਣ ਹੀ ਨਹੀਂ ਦੇਣਾ, ਤੁਸੀਂ ਰੋੜੀ ਕਹਿ ਦਿਆ ਕਰੋ। ਸੋ ਇਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਨੇ ਬੜਾ ਬੜਾ ਜ਼ੁਲਮ ਕੀਤਾ ਸਾਡੇ ਉੱਪਰ, ਸਾਡੇ ਵੱਡੇ ਵਡੇਰਿਆਂ ਦੇ ਉੱਪਰ, ਗੁਰੂ ਕਹਿਣ ਦੀ ਵੀ ਮਨਾਹੀ ਕਰ ਛੱਡੀ। ਅੱਜ ਆਪਾਂ ਆਖਦੇ ਨਾ ਵੀ ਅੱਜ ਬੜਾ ਸਮਾਂ ਬੜਾ ਭਿਆਨਕ ਆ ਗਿਆ, ਅੱਜ ਦਾ ਸਮਾਂ ਤਾਂ ਉਸ ਸਮੇਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਉਦੋਂ ਤਾਂ ਮੁੱਲ ਪੈ ਗਿਆ ਸਿਰਾਂ ਦੇ ਵੀ ਸਿੱਖ ਦਿਸ ਵੀ ਪਵੇ ਨਾ ਕਿਤੇ ਜਾਂਦਾ, ਭਾਵੇਂ ਉਹਨੇ ਕੁਝ ਨਹੀਂ ਵੀ ਕੀਤਾ, ਉਹਨੂੰ ਉਸੇ ਵੇਲੇ ਫੜ ਕੇ ਲੈ ਆਓ ਅਤੇ ਜਾਂ ਉਹਨੂੰ ਉੱਥੇ ਹੀ ਮਾਰ ਦਿਓ, ਮਾਰਨ ਦੇ ਤੁਹਾਨੂੰ ਇਨਾਮ ਮਿਲੇਗਾ, ਪੈਸਾ ਮਿਲੇਗਾ। ਸਿਰਾਂ ਦੇ ਪੈਸੇ ਰੱਖ ਦਿੱਤੇ, ਜਿੰਨੇ ਸਿਰ ਵੱਢ ਕੇ ਲਿਆਓ ਉਨੇ ਪੈਸੇ ਲੈ ਜਾਓ। ਭਾਵੇਂ ਸਿੱਖ ਨੇ ਕੋਈ ਕੰਮ ਮਾੜਾ ਗਲਤ ਕੀਤਾ ਜਾਂ ਨਹੀਂ ਕੀਤਾ, ਨਹੀਂ ਬਸ ਸਿੱਖ ਦਿਸਣਾ ਨਹੀਂ ਚਾਹੀਦਾ। ਇਹ ਸਮੇਂ ਦੀ ਸਰਕਾਰ ਨੇ ਐਲਾਨ ਕਰ ਛੱਡਿਆ ਵੀ ਬਿਨਾਂ ਕਿਸੇ ਗੁਨਾਹ ਤੋਂ ਬਸ ਉਹ ਸਿੱਖ ਹੈ, ਇਹੋ ਹੀ ਉਹਦਾ ਗੁਨਾਹ ਹੈ, ਅਤੇ ਉਸ ਨੂੰ ਕਤਲ ਕਰ ਦਿਓ। ਗੁਰੂ ਨਾ ਕਹਿਣ ਦਿਓ, ਗੁੜ ਕਹਿਣ ਤਾਂ ਕਿ ਗੁਰੂ ਨਾ ਕਿਤੇ ਚੇਤੇ ਆਵੇ, ਗੁੜ ਨਾ ਕਹਿਣ ਰੋੜੀ ਕਹਿਣ, ਕਿਤੇ ਗੁੜ ਕਹਿਆਂ ਗੁਰੂ ਨਾ ਚੇਤੇ ਆ ਜਾਵੇ, ਕਿਤੇ ਇਹਨਾਂ ਨੂੰ ਗੁਰੂ ਚੇਤੇ ਆ ਗਿਆ ਤਾਂ ਫਿਰ ਕਿਤੇ ਇਹ ਰਾਜ ਭਾਗ ਦੀ ਗੱਲ ਨਾ ਕਰ ਬੈਠਣ। ਐਸੀ ਹਾਲਤ ਸਮੇਂ ਦੇ ਹਾਕਮਾਂ ਨੇ
ਸਾਡੇ ਵੱਡੇ ਵਡੇਰਿਆਂ ਦੀ ਕੀਤੀ ਹੈ। ਮਹਾਰਾਜ ਫਰਮਾਉਂਦੇ ਹਨ ਮਹੱਲਾ ਪੰਜਵਾਂ, ਜੋ ਬੈਠੇ ਸੇ ਫਾਥਿਆ, ਜਿਹੜੇ ਮਾਇਆ ਰੂਪੀ ਗੁੜ ਦੇ ਉੱਪਰ ਬੈਠਣਗੇ ਉਹ ਮੋਹ ਵਿੱਚ ਆ ਕੇ ਫਸ ਜਾਂਦੇ ਹਨ। ਭਾਗ ਮਿਥਾਹੇ, ਜਿਨ੍ਹਾਂ ਦੇ ਵੱਡੇ ਭਾਗ ਨੇ ਗੁਰਮੁਖੋ ਮੱਥੇ ਦੇ, ਉਹ ਮਾਇਆ ਰੂਪੀ ਗੁੜ ਉੱਪਰ ਬੈਠਦੇ ਹੀ ਨਹੀਂ, ਉਹਨਾਂ ਨੂੰ ਮਾਇਆ ਚੰਗੀ ਨਹੀਂ ਲੱਗਦੀ। ਨੱਕ ਉਹ ਕਾਟੀ, ਕੰਨ ਉਹ ਕਾਟੀ, ਕਾਟ ਕੂਟ ਕਹਿ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਹੀ, ਜਿਹਨੂੰ ਤਿੰਨੇ ਲੋਕ ਹੀ ਪਿਆਰ ਕਰਦੇ ਨਾ, ਦੇਵੀ ਦੇਵਤੇ ਵੀ ਅਤੇ ਮਨੁੱਖ ਵੀ ਅਤੇ ਇਸੇ ਤਰ੍ਹਾਂ ਦੈਂਤ ਵੀ, ਭਗਤਾਂ ਨੇ ਉਸਨੂੰ ਪਰੇ ਕਰ ਦਿੱਤਾ ਵੀ ਇਹ ਨਹੀਂ ਚਾਹੀਦੀ ਹੈ। ਸੋ ਜਿੰਨਾ ਭਾਗ ਮਥਾਏ, ਜਿਨ੍ਹਾਂ ਦੇ ਵੱਡੇ ਭਾਗ ਨੇ ਭਾਈ, ਉਹ ਦੁਨੀਆਂ ਵਿੱਚ ਇਸ ਤਰ੍ਹਾਂ ਬਚ ਗਏ ਹਨ। ਡਿੱਠਾ ਹਬ ਮਜਾਹੇ, ਮੈਂ ਉਸ ਵਾਹਿਗੁਰੂ ਤੋਂ ਬਿਨਾਂ ਡਿੱਠਾ ਹਬ ਸਾਰਾ ਕੁਝ ਹੀ ਵੇਖ ਲਿਆ ਹੈ। ਸੰਸਾਰ ਨੂੰ ਅੰਦਰੋਂ ਬਾਹਰੋਂ ਅੱਗੋਂ ਪਿੱਛੋਂ ਇਹ ਸਾਰੇ ਸੰਸਾਰ ਨੂੰ ਵੇਖਿਆ ਹੈ। ਖਾਲੀ ਕੋਈ ਨਾ ਜਾਣੀਐ, ਸੋ ਉਸ ਤੋਂ ਬਿਨਾਂ ਕੋਈ ਖਾਲੀ ਨਹੀਂ ਹੈ। ਭਾਵੇਂ ਕੋਈ ਬੰਦਾ ਇਹ ਗੱਲ ਕਹੇ ਵੀ ਮੈਂ ਨਹੀਂ ਰੱਬ ਨੂੰ ਮੰਨਦਾ, ਮੈਂ ਨਹੀਂ ਪਰਮੇਸ਼ਰ ਨੂੰ ਮੰਨਦਾ, ਕੌਣ ਹੈ, ਪਰ ਮਹਾਰਾਜ ਕਹਿੰਦੇ ਫਿਰ ਵੀ ਉਹਦੇ ਤੋਂ ਖਾਲੀ ਕੋਈ ਨਹੀਂ ਹੈ। ਮਨਮੁੱਖ ਦੇ ਵਿੱਚ, ਚੋਰ ਦੇ ਵਿੱਚ, ਡਾਕੂ ਦੇ ਵਿੱਚ, ਜਲਾਦ ਦੇ ਵਿੱਚ, ਕਸਾਈ ਦੇ ਵਿੱਚ ਵੀ ਉਹਦੀ ਜੋਤ ਹੀ ਕੰਮ ਕਰਦੀ ਹੈ, ਉਹਦੇ ਤੋਂ ਖਾਲੀ ਕੋਈ ਜਗ੍ਹਾ ਨਹੀਂ ਹੈ। ਸਖੀ ਭਾਗ ਮਥਾਹੇ, ਜਿਨ੍ਹਾਂ ਸਖੀਆਂ ਦੇ ਮੱਥੇ ਦੇ ਵੱਡੇ ਭਾਗ ਪਰਮੇਸ਼ਰ ਨੇ ਲਿਖੇ ਹਨ। ਮੇਰਾ ਸੱਜਣ ਰਾਵਿਆ, ਜਿਨ੍ਹਾਂ ਸਖੀਆਂ ਨੇ ਉਹ ਸੱਜਣ ਪਰਮਾਤਮਾ ਨੂੰ ਰਾਵਿਆ ਕਹੀਏ ਉਚਾਰਿਆ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਉਚਾਰਿਆ। ਭਾਈ ਉਹ ਵੱਡਿਆਂ ਭਾਗਾਂ ਵਾਲੇ, ਭਾਗਾਂ ਬਿਨਾਂ ਥੋੜ੍ਹੀ ਨਾਮ ਜਪਿਆ ਜਾਂਦਾ, ਭਾਗਾਂ ਬਿਨਾਂ ਤਾਂ ਸੰਗਤ ਵਿੱਚ ਨਹੀਂ ਬੈਠਿਆ ਜਾਂਦਾ, ਭਾਗਾਂ ਬਿਨਾਂ ਉਹਦਾ ਸਿਮਰਨ ਨਹੀਂ ਕੀਤਾ ਜਾਂਦਾ। ਉਹ ਕਿਰਪਾ ਕਰੇ ਪਰਮੇਸ਼ਰ, ਤਾਂ ਹੀ ਉਹਨੂੰ ਚੇਤੇ ਕਰੀਦਾ। ਸੰਗਤ ਵਿੱਚ ਆ ਕੇ ਬੈਠੇ ਹੋ ਨਾ ਉਦਮ ਕਰਕੇ, ਇਹ ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦਾ ਉਹਨਾਂ ਚਿਰ ਸੰਗਤ ਵਿੱਚ ਵੀ ਨਹੀਂ ਆਇਆ ਜਾਂਦਾ, ਕੋਈ ਨਾ ਕੋਈ ਕੰਮ ਹੀ ਚੇਤੇ ਆ ਜਾਂਦਾ। ਅਤੇ ਸੰਗਤ ਦਾ ਸਮਾਂ ਲੰਘ ਗਿਆ, ਮੁੜ ਕੇ ਕੰਮ ਵੀ ਨਿਬੜ ਜਾਣਾ ਨਾਲ ਦੀ ਨਾਲ। ਇਹ ਤਾਂ ਵੱਡੇ ਭਾਗ ਨੇ ਜੋ ਸਤਿਗੁਰੂ ਸੰਗਤ ਵਿੱਚ ਲੈ ਕੇ ਆਉਂਦੇ ਹਨ। ਹਉ ਢਾਡੀ ਦਰ ਗੁਣ ਗਾਉਂਦਾ, ਗੁਰਮੁਖੋ ਢਾਡੀ ਕਿਹਾ ਜਾਂਦਾ ਜਸ ਕਰਨ ਵਾਲੇ ਨੂੰ, ਜਿਹੜਾ ਜਸ ਕਰੇ। ਜਸ ਕਿਹਦਾ ਕਰੇ, ਜਿਹੜਾ ਜਸ ਪਰਮੇਸ਼ਰ ਦਾ ਕਰੇ, ਜਿਹੜਾ ਜਸ ਗੁਰੂ ਦਾ ਕਰੇ ਉਹਨੂੰ ਢਾਡੀ ਕਿਹਾ ਹੈ। ਆਪਾਂ ਆਖਦੇ ਨਾ ਵੀ ਢਾਡੀ ਸਿੰਘ ਆ ਗਿਆ, ਢਾਡੀ ਵਾਰਾਂ ਗਾਉਣਗੇ, ਗੁਰੂ ਦੇ ਜਸ ਦੀਆਂ ਵਾਰਾਂ ਗਾਉਣਗੇ ਪਰਮੇਸ਼ਰ ਦੀ ਸਿਫਤ ਦੀਆਂ। ਪਰ ਗੁਰਮੁਖੋ ਜਿਵੇਂ ਜਿਵੇਂ ਸਮਾਂ ਬਦਲਦਾ ਨਾ, ਉਵੇਂ ਉਵੇਂ ਉਹ ਜਿਹੜੇ ਕੀਤੇ ਹੋਏ ਕੰਮ ਨੇ ਉਹ ਵੀ ਬਦਲ ਜਾਂਦੇ ਹੌਲੀ। ਅੱਜ ਕੱਲ੍ਹ ਦੇ ਢਾਡੀ ਤਾਂ ਦੁਨਿਆਵੀ ਗੱਲਾਂ ਹੀ ਸੁਣਾਈ ਜਾਂਦੇ, ਦੁਨਿਆਵੀ ਗੱਲਾਂ ਹੀ ਕਰੀ ਜਾਂਦੇ, ਦੁਨਿਆਵੀ ਕੈਸ਼ਟਾਂ ਕੱਢ ਕੇ, ਦੁਨਿਆਵੀ ਪ੍ਰਸੰਗ ਨਹੀਂ। ਢਾਡੀ ਉਹਨੂੰ ਕਿਹਾ ਜਾਂਦਾ ਜਿਹੜਾ ਗੁਰੂ ਦਾ ਜਸ ਕਰੇ, ਜਿਹੜਾ ਪਰਮੇਸ਼ਰ ਦਾ ਜਸ ਕਰਦਾ ਹੈ ਉਸਨੂੰ ਢਾਡੀ ਆਖਿਆ। ਕਹਿਣ ਲੱਗੇ ਮਹਾਰਾਜ ਮੈਂ ਤੇਰਾ ਢਾਡੀ ਹਾਂ, ਤੇਰੇ ਦਰ ਦਾ ਜਸ ਕਰਨ ਵਾਲਾ ਹਾਂ। ਜੇ ਹਰ ਪ੍ਰਭ ਭਾਵੈ, ਪਰਮਾਤਮਾ ਮੈਂ ਤੇਰਾ ਜਸ ਕਰਾਂ ਅਤੇ ਮੇਰੇ 'ਤੇ ਕਿਰਪਾ ਕਰ ਵੀ ਮੇਰਾ ਕੀਤਾ ਹੋਇਆ ਜਸ ਤੈਨੂੰ ਭਾ ਜਾਵੇ, ਚੰਗਾ ਲੱਗੇ। ਮੇਰਾ ਕੋਈ ਇਹੋ ਜਿਹਾ ਬੋਲ ਮੂੰਹੋਂ ਨਿਕਲੇ ਜਿਹੜਾ ਤੈਨੂੰ ਚੰਗਾ ਲੱਗੇ, ਤੂੰ ਬੋਲ ਸੁਣ ਕੇ ਤੂੰ ਖੁਸ਼ ਹੋ ਜਾਵੇਂ, ਐਸੀ ਕਿਰਪਾ ਕਰੋ। ਪ੍ਰਭ ਮੇਰਾ ਥਿਰ ਥਾਵਰੀ, ਉਹ ਪਰਮਾਤਮਾ ਸਦਾ ਹੀ ਰਹਿਣ ਵਾਲਾ, ਸਦਾ ਥਿਰ ਰਹਿਣ ਵਾਲਾ, ਉਹਦੇ ਆਸਣ ਨੂੰ ਹਿਲਾ ਕੋਈ ਨਹੀਂ ਸਕਦਾ ਹੈ। ਥਾਪਿਆ ਨਾ ਜਾਏ, ਕੀਤਾ ਨਾ, ਉਹਦੇ ਆਸਣ ਨੂੰ ਹਿਲਾਉਂਦਾ ਕੋਈ ਨਹੀਂ, ਏਡਾ ਵੱਡਾ ਉਹ ਸਮਰੱਥ ਹੈ। ਹੋਰ ਆਵੇ ਜਾਵੇ, ਉਹਦੇ ਤੋਂ ਬਿਨਾਂ ਬਾਕੀ ਸਾਰੀ ਦੁਨੀਆ ਜੰਮ ਕੇ ਆਉਂਦੀ ਅਤੇ ਮਰ ਕੇ ਜਾਂਦੀ। ਇੱਕ ਰੱਬ ਇਹੋ ਜਿਹਾ,
ਪਰਮੇਸ਼ੁਰ ਇਹੋ ਜਿਹਾ ਜਿਹੜਾ ਜੰਮ ਕੇ ਦੁਨੀਆ 'ਤੇ ਨਹੀਂ ਆਇਆ ਅਤੇ ਉਹਨੇ ਮਰ ਕੇ ਵੀ ਨਹੀਂ ਜਾਣਾ, ਉਹਦੇ ਤੋਂ ਬਿਨਾਂ ਸਾਰੀ ਦੁਨੀਆ ਜੰਮ ਕੇ ਆਉਂਦੀ ਅਤੇ ਮਰ ਕੇ ਜਾਂਦੀ ਹੈ। ਸੋ ਮੰਗਾਂ ਦਾਨ ਗੁਸਾਈਆਂ, ਐ ਗੁਸਾਈ ਮਾਲਕ ਪਰਮੇਸ਼ੁਰ ਕਿਰਪਾ ਕਰ, ਮੈਂ ਤੇਰੇ ਕੋਲੋਂ ਦਾਨ ਮੰਗਦਾ। ਦਾਨ ਕਾਹਦਾ ਮੰਗਦਾ? ਨਾਮ ਦਾ ਦਾਨ। ਮਿਲ ਮੇਰੇ ਗੋਬਿੰਦ ਆਪਣਾ, ਦੁਨੀਆ ਦਾ ਪਦਾਰਥ ਨਹੀਂ ਚਾਹੀਦਾ ਹੈ, ਮੈਨੂੰ ਤੇਰਾ ਨਾਮ ਚਾਹੀਦਾ, ਵੀ ਕਿਰਪਾ ਕਰ ਮਹਾਰਾਜ ਮੇਰੇ 'ਤੇ, ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਜਿਤ ਭੁੱਖ ਲਹਿ ਜਾਵੇ, ਅਤੇ ਜਿਸ ਨਾਮ ਨੂੰ ਜਾਪ ਕੇ ਮੇਰੀ ਭੁੱਖ ਲਹਿ ਜਾਵੇ, ਤ੍ਰਿਸ਼ਨਾ ਖਤਮ ਹੀ ਹੋ ਜਾਵੇ, ਭੁੱਖ ਰਵੇ ਹੀ ਕੋਈ ਨਾ। ਜੇ ਕਿਤੇ ਸਮਾਂ ਵੀ ਆਵੇ ਨਾ, ਪਰਮੇਸ਼ੁਰ ਕਹੇ ਵੀ ਮੰਗ ਸਿੱਖਾ ਕੀ ਚਾਹੀਦਾ, ਅਤੇ ਉੱਥੇ ਬਚਨ ਇਹ ਆ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਮਹਾਰਾਜ ਬਸ ਚੜ੍ਹਦੀ ਕਲਾਈ ਹੋਵੇ, ਪਦਾਰਥ ਨਹੀਂ ਚਾਹੀਦਾ। ਜਿਵੇਂ ਭਗਤ ਧਰੂ ਨੇ ਆਖਿਆ, ਪਰਮਾਤਮਾ ਕਹਿਣ ਲੱਗੇ ਮੰਗੋ ਧਰੂ ਭਗਤ ਕੀ ਚਾਹੀਦਾ, ਕਹਿੰਦੇ ਭੁੱਖ ਨਹੀਂ ਰਹੀ ਮਹਾਰਾਜ, ਕੁਝ ਨਹੀਂ ਚਾਹੀਦਾ। ਭਾਈ ਮਾਂ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਪੁੱਛਿਆ ਕੀ ਚਾਹੀਦਾ, ਮੰਗ ਮਾਂ ਸਿੰਘ, ਕਹਿੰਦਾ ਕੁਝ ਨਹੀਂ ਚਾਹੀਦਾ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਸਿਮਰਨ ਕਰਕੇ ਉਹਨਾਂ ਦੀਆਂ ਭੁੱਖਾਂ ਲਹਿ ਜਾਂਦੀਆਂ ਹਨ। ਹੋ ਢਾਡੀ ਦਰ ਗੁਣ ਗਾਉਂਦਾ, ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਸੀਂ ਤੇਰੇ ਦਰ ਦੇ ਢਾਡੀ ਹਾਂ, ਜਸ ਕਰਨ ਵਾਲੇ ਹਾਂ। ਹਰ ਪ੍ਰਭਾਵੈ, ਜੇ ਪਰਮਾਤਮਾ ਤੈਨੂੰ ਭਾ ਜਾਵੇ ਚੰਗਾ ਲੱਗੇ, ਤੇ ਫਿਰ ਆਪ ਸਾਡੇ ਤੇ ਕਿਰਪਾ ਕਰੋ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ। ਇਸ ਕਰਕੇ ਹੇ ਪਰਮਾਤਮਾ, ਸੋ ਮੰਗਾਂ ਦਾਨ ਗੁਸਾਈਆਂ, ਮੈਂ ਆਪ ਜੀ ਤੋਂ ਗੁਸਾਈ ਮਾਲਕ ਉਹ ਦਾਨ ਮੰਗਦਾ ਹਾਂ ਜਿਹੜਾ ਸਦਾ ਰਹਿਣ ਵਾਲਾ ਹੈ। ਭੁੱਖ ਲਹਿ ਜਾਵੇ, ਜਿਸ ਕਰਕੇ ਮੇਰੀਆਂ ਸਾਰੀਆਂ ਭੁੱਖਾਂ ਲਹਿ ਜਾਣ, ਦੂਰ ਹੋ ਜਾਣਾ ਕਰਨ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ। ਹੈ ਪ੍ਰਭ ਜੀਓ, ਪਰਮਾਤਮਾ ਕਿਰਪਾ ਕਰੋ, ਸਾਨੂੰ ਆਪਣਾ ਦਰਸ਼ਨ ਬਖਸ਼ਿਸ਼ ਕਰੋ, ਤਾਂ ਕਿ ਸਾਡਾ ਭਲਾ ਹੋਵੇ, ਸਾਡੇ 'ਤੇ ਕਿਰਪਾ ਹੋਵੇ, ਐਸੇ ਦਰਸ਼ਨਾਂ ਦੀ ਦਾਤ ਆ ਬਖਸ਼ਣਾ ਕਰੋ। ਜਿਤ ਢਾਡੀ ਤ੍ਰਿਪਤ ਆਵੈ, ਜਿਸ ਕਰਕੇ ਮੈਂ ਢਾਡੀ ਤ੍ਰਿਪਤ ਹੋ ਜਾਵਾਂ, ਰੱਜ ਜਾਵਾਂ, ਇਹੋ ਜਿਹਾ ਜਸ ਮੈਨੂੰ ਬਖਸ਼ਿਸ਼ ਕਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਮਹਾਰਾਜ ਜਸ ਹੀ ਇੰਨਾ ਬਖਸ਼ਿਸ਼ ਕਰ ਦਿਓ ਵੀ ਇੱਛਾ ਕੋਈ ਰਹਿ ਹੀ ਨਾ ਜਾਵੇ, ਸਾਰੀ ਭੁੱਖ ਲੈ ਜਾਵੇ, ਇਹ ਮੇਰੇ 'ਤੇ ਦਾਤ ਦੇਣਾ ਕਰੋ। ਅਰਦਾਸ ਸੁਣੀ ਦਾਤਾਰ ਪ੍ਰਭ, ਜਿਸ ਵੇਲੇ ਉਸ ਦਾਤੇ ਫਲਵਰ ਦਾਤੇ ਪਰਮੇਸ਼ੁਰ ਨੇ ਮੇਰੀ ਕੀਤੀ ਹੋਈ ਫਰਿਆਦ ਸੁਣੀ ਹੈ, ਜਦੋਂ ਮੈਂ ਅਰਦਾਸ ਕੀਤੀ ਤਾਂ ਉਸਨੇ ਸੁਣਨਾ ਕੀਤੀ ਹੈ। ਢਾਡੀ ਕੋ ਮਹਿਲ ਬੁਲਾਵਾ, ਫਿਰ ਉਸਨੇ ਜਸ ਕਰਨ ਵਾਲੇ ਨੂੰ ਸਰੂਪ ਦੇ ਵਿੱਚ ਬੁਲਾ ਲਿਆ ਵੀ ਆ ਜਾ ਭਾਈ, ਤੂੰ ਮੇਰਾ ਜਸ ਕੀਤਾ, ਤੂੰ ਮੇਰਾ ਨਾਮ ਜਪਿਆ, ਤੂੰ ਮੈਨੂੰ ਬੜਾ ਹੀ ਚੰਗਾ ਲੱਗਾ, ਆ ਜਾ ਵੀ ਭਾਈ ਤੈਨੂੰ ਮਿਲਾ ਲਈਏ ਆਪਣੇ ਨਾਲ। ਇਸ ਤਰ੍ਹਾਂ ਫਿਰ ਉਹ ਨਾਮ ਜਪਣ ਵਾਲਿਆਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਪਰਮੇਸ਼ੁਰ ਦਾ ਦਰਸ਼ਨ ਹੀ ਇਹੋ ਜਿਹਾ, ਦੇਖ ਕੇ ਭੁੱਖ ਲੈ ਜਾਂਦੀ ਹੈ। ਗੁਰਮੁਖੋ, ਰਾਵਣ ਦੀ ਸਭਾ ਲੱਗੀ ਹੈ ਨਾ, ਬੜਾ ਵੱਡਾ ਦਰਬਾਰ ਲੱਗਾ, ਅਤੇ ਉਹਨੇ ਆਪਣੇ ਮੰਤਰੀਆਂ ਦੀ ਰਾਏ ਪੁੱਛੀ ਵੀ ਰਾਮ ਚੰਦਰ ਦੀ ਫੌਜ ਲੈ ਕੇ ਆ ਗਏ, ਅਤੇ ਮੰਤਰੀਓ ਦੱਸੋ ਕੀ ਕਰਨਾ ਚਾਹੀਦਾ। ਅਤੇ ਸਭ ਤੋਂ ਪਹਿਲਾਂ ਬਪੀਖਣ ਨੇ ਆਖਿਆ, ਕਹਿਣ ਲੱਗਾ ਵੀ ਰਾਵਣ ਜੀ, ਤੁਸੀਂ ਮੇਰੇ ਭਰਾ ਹੋ, ਆਪਾਂ ਨੂੰ ਸੀਤਾ ਜੀ ਨੂੰ ਵਾਪਸ ਕਰਕੇ ਅਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਕਿਉਂ ਆਪਾਂ ਜੰਗ ਦੇ ਵਿੱਚ ਪੈਣਾ, ਕਿੰਨੇ ਘੋੜੇ ਮਰ ਜਾਣਗੇ, ਸੂਰਮੈ ਮਰ ਜਾਣਗੇ, ਦੇਸ਼ ਦਾ ਬੜਾ ਨੁਕਸਾਨ ਹੋ ਜਾਣਾ, ਜੇ ਆਪਾਂ ਨੂੰ ਇਹ ਮਾਫ਼ੀ ਮੰਗ ਕੇ ਵੀ ਜੰਗ ਤੋਂ ਖਹਿੜਾ ਛੁੱਟੇ ਅਤੇ ਛੁਡਾ ਲੈਣਾ ਚਾਹੀਦਾ।
ਰਾਵਣ ਨੇ ਸੁਣਿਆ ਬਚਨ, ਬੜਾ ਗੁੱਸਾ ਆਇਆ, ਕਹਿਣ ਲੱਗਾ ਮੈਂ ਲੰਕਾਪਤੀ ਰਾਵਣ, ਇੰਨੀ ਮੇਰੇ ਵਿੱਚ ਤਾਕਤ ਵੀ ਕਾਲ ਪਾਵੇ ਨਾਲ ਵੱਧਾ, ਅਤੇ ਰਾਮ ਚੰਦਰ ਦੇ ਕੋਲੋਂ ਮਾਫ਼ੀ ਕਿਉਂ ਮੰਗਾ? ਤੂੰ ਮੇਰੇ ਦੁਸ਼ਮਣ ਦਾ ਤਾਰੀਫ ਕਰਦਾ, ਦੁਸ਼ਮਣ ਦੀ ਗੱਲ ਕਰਦਾ ਪਿਆ, ਤੂੰ ਤਾਂ ਮੇਰਾ ਭਰਾ ਹੀ ਨਹੀਂ ਰਹਿ ਗਿਆ, ਧੱਕਾ ਮਾਰ ਕੇ ਸਭਾ ਵਿੱਚੋਂ ਬਾਹਰ ਕੱਢਿਆ। ਭੀਖਣ ਜੀ ਬਾਹਰ ਨੂੰ ਤੁਰੇ ਜਾਂਦੇ ਅਤੇ ਮਨ ਵਿੱਚ ਵਿਚਾਰਿਆ ਵੀ ਰਾਮ ਜੀ ਦੀ ਸ਼ਰਨ ਵਿੱਚ ਜਾਈਏ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇਹ ਸੋਚ ਲਿਆ ਵੀ ਰਾਮ ਜੀ ਨੇ ਤਾਂ ਰਾਵਣ ਨੂੰ ਮਾਰ ਹੀ ਦੇਣਾ ਹੈ, ਅਤੇ ਕਿਉਂ ਨਾ ਹੋਵੇ ਮੈਂ ਲੰਕਾ ਦਾ ਰਾਜ ਹੀ ਮੰਗ ਲਵਾਂ, ਵੀ ਮਹਾਰਾਜ ਰਾਜੇ ਮੈਨੂੰ ਬਣਾ ਦਿਓ। ਇਹ ਸੰਕਲਪ ਲੈ ਕੇ ਜਿੱਥੇ ਰਾਮ ਜੀ ਬੈਠੇ ਸਨ ਉੱਥੇ ਜਦੋਂ ਭੀਖਣ ਜੀ ਗਏ ਨਾ ਗੁਰਮੁਖੋ, ਅਤੇ ਭਗਵਾਨ ਰਾਮ ਚੰਦਰ ਦੇ ਦਰਸ਼ਨ ਕੀਤੇ ਆ, ਉਹ ਇੱਛਾ ਹੀ ਖਤਮ ਹੋ ਗਈ ਰਾਜ ਭਾਗ ਦੀ। ਦਰਸ਼ਨ ਕਰਨ ਵਾਸਤੇ ਅਜੇ ਸਿਰ ਝੁਕਾਇਆ ਹੀ ਹੈ, ਨਮਸਕਾਰ ਕੀਤੀ ਹੈ, ਉਹਨਾਂ ਨੇ ਸੁਭਾਵਕ ਹੀ ਆਖਿਆ, ਕਹਿਣ ਲੱਗੇ ਆਓ ਬਹੋ ਲੰਕੇਸ਼, ਇਹ ਲੰਕਾ ਦੇ ਰਾਜੇ ਬੈਠ ਸਾਡੇ ਕੋਲ। ਭੀਖਣ ਜੀ ਕਹਿਣ ਲੱਗੇ ਮਹਾਰਾਜ ਹੁਣ ਇੱਛਾ ਨਹੀਂ ਰਹੀ, ਹੁਣ ਤਾਂ ਤੁਹਾਡੇ ਦਰਸ਼ਨਾਂ ਦੇ ਨਾਲ ਹੀ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਹੁਣ ਤਾਂ ਉਹ ਭੁੱਖ ਰਹੀ ਨਹੀਂ ਨਾ ਤੁਹਾਡਾ ਦਰਸ਼ਨ ਕਰਕੇ, ਹੁਣ ਰਾਜ ਭਾਗ ਦੀ ਇੱਛਾ ਨਹੀਂ। ਕਹਿਣ ਲੱਗੇ ਹੁਣ ਇੱਛਾ ਨਹੀਂ, ਪਰ ਘਰੋਂ ਚੱਲਣ ਲੱਗਿਆਂ ਤਾਂ ਇੱਛਾ ਸੀ ਨਾ, ਤੂੰ ਸੋਚਦਾ ਹੁੰਦਾ ਸੀ ਰਸਤੇ ਵਿੱਚ ਵੀ ਰਾਮ ਜੀ ਮੈਨੂੰ ਰਾਜ ਦੇ ਦੇਣ, ਅਤੇ ਉਹ ਤੇਰੀ ਇੱਛਾ ਅਸੀਂ ਪੂਰੀ ਕਰ ਦਿੱਤੀ ਹੈ। ਕਹਿਣ ਲੱਗੇ ਵੀ ਇੱਛਾ ਧਾਰ ਕੇ ਚੱਲ ਵੀ ਪਈਏ ਨਾ ਗੁਰੂ ਦੇ ਕੋਲ, ਪਰਮੇਸ਼ਰ ਕੋਲ, ਭਗਵਾਨ ਜੀ ਦੇ ਕੋਲ, ਅਤੇ ਉਹਨਾਂ ਦੇ ਦਰਸ਼ਨ ਹੀ ਇਹੋ ਜਿਹਾ ਨਾ ਵੀ ਜਾ ਕੇ ਭੁੱਖ ਲੈ ਹੀ ਜਾਂਦੀ ਹੈ, ਮੰਗਣ ਨੂੰ ਮਨ ਨਹੀਂ ਕਰਦਾ। ਫਰਮਾਉਂਦੇ ਹਨ ਮੰਗਣ ਚੇਤਨਾ ਵਾ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਪਰਮਾਤਮਾ ਦੇ ਗੁਰੂ ਦੇ ਦਰਸ਼ਨ ਕਰਕੇ ਦੁੱਖ ਵੀ ਚਲੇ ਗਏ, ਭੁੱਖਾਂ ਵੀ ਚਲੇ ਗਈਆਂ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਤੁਹਾਡੀ ਕੋ ਮੰਗਣ ਚੇਤਨਾ ਵਾ, ਫਿਰ ਪੜੋ, ਢਾਡੀ ਕੋ ਮੰਗਣ ਚੇਤਨਾ ਆਵਾ, ਸੋ ਢਾਡੀ ਨੂੰ ਮੰਗਣਾ ਯਾਦ ਹੀ ਨਹੀਂ ਰਹਿ ਗਿਆ, ਗੁਰੂ ਨੇ ਕਿਰਪਾ ਹੀ ਇਹੋ ਜਿਹੀ ਕਰ ਦਿੱਤੀ ਹੈ, ਸਿਮਰਨ ਵਿੱਚ ਇਹੋ ਜਿਹਾ ਧਿਆਨ ਜੁੜ ਗਿਆ ਵੀ ਹੁਣ ਮੰਗਣ ਦੀ ਕੋਈ ਇੱਛਾ ਰਹੀ ਨਹੀਂ ਹੈ, ਸਭੇ ਇੱਛਾ ਪੂਰੀਆਂ, ਹੁਣ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ। ਲੱਗ ਪ੍ਰਭ ਕੈ ਪਾਵਾ, ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਗਏ ਨਾ ਗੁਰਮੁਖੋ, ਪੱਕੇ ਤੌਰ 'ਤੇ ਜੁੜ ਗਏ ਮਹਾਰਾਜ ਦੇ ਚਰਨਾਂ ਦੇ ਨਾਲ, ਉਹਨਾਂ ਦੀ ਭੁੱਖ ਰਹਿ ਹੀ ਨਹੀਂ ਜਾਂਦੀ। ਸਾਡੀ ਭੁੱਖ ਉਨ੍ਹਾਂ ਚਿਰ ਹੀ ਹੈ ਜਿੰਨਾ ਚਿਰ ਅਸੀਂ ਗੁਰੂ ਦੇ ਚਰਨਾਂ ਨਾਲ ਲੱਗੇ ਨਹੀਂ, ਉਨ੍ਹਾਂ ਚਿਰ ਮੰਗਦੇ ਹੀ ਰਹਾਂਗੇ ਮਹਾਰਾਜ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਮੰਗਦੇ ਹੀ ਰਹਿੰਦੇ, ਪਰ ਭੁੱਖ ਮੁੱਕਦੀ ਨਹੀਂ। ਉਹਦਾ ਕਾਰਨ ਇਹ ਆ ਵੀ ਗੁਰੂ ਦੇ ਚਰਨਾਂ ਨਾਲ ਜੇ ਬਾਹਰੀ ਤੌਰ 'ਤੇ ਲੱਗੇ, ਅੰਦਰੋਂ ਨਹੀਂ ਲੱਗੇ, ਬਾਹਰੀ ਤੌਰ 'ਤੇ ਜ਼ਰੂਰ ਬੈਠੇ ਹਾਂ, ਆ ਗਏ ਸਤਿਗੁਰੂ ਤੁਹਾਡੇ ਕੋਲ ਸਰੀਰ ਕਰਕੇ ਬੈਠ ਗਏ ਹਾਂ, ਗੱਲਾਂ ਕਰਕੇ ਵੀ ਅਸੀਂ ਗੁਰੂ ਵਾਲੇ ਹਾਂ, ਪਰ ਅੰਦਰੋਂ ਨਹੀਂ ਬਣੇ। ਜਦੋਂ ਅੰਦਰੋਂ ਬਣਾਂਗੇ ਨਾ, ਮਹਾਰਾਜ ਕਹਿਣ ਲੱਗੇ ਸਭੇ ਇੱਛਾ ਪੂਰੀਆਂ, ਫਿਰ ਇੱਛਾ ਪੂਰੀਆਂ ਹੋ ਜਾਂਦੀਆਂ, ਕਿਸੇ ਤਰ੍ਹਾਂ ਦਾ ਫੁਰਨਾ ਰਹਿੰਦਾ ਨਹੀਂ ਹੈ। ਨਿਰਗੁਣ ਢਾਡੀ ਬਖਸ਼ਿਓ ਨਾ, ਮਹਾਰਾਜ ਮੈਂ ਨਿਰਗੁਣ ਹਾਂ, ਮੇਰੇ ਵਿੱਚ ਗੁਣ ਹੈ ਹੀ ਕੋਈ ਨਹੀਂ, ਪਰ ਮੈਂ ਹੈ ਆਪ ਜੀ ਦੇ ਦਰ ਦਾ ਢਾਡੀ ਹਾਂ, ਜਸ ਕਰਨ ਵਾਲਾ ਹਾਂ। ਪੁਰਖ ਵਿਦਾਵਾ, ਉਹ ਪਰਮਾਤਮਾ ਵਿਦਾਵੇ ਕਹੀਏ ਵੀ ਅਸੰਗ ਰਹਿੰਦਾ ਹੈ, ਕਿਸੇ ਦੇ ਵਿੱਚ ਲੁਪਾਏ ਮਾਨ ਨਹੀਂ, ਜਿਵੇਂ ਸੂਰਜ ਦੀ ਧੁੱਪ ਹੈ ਨਾ ਗੁਰਮੁਖੋ, ਧੁੱਪ ਹੁਣ ਚਿੱਕੜ 'ਤੇ ਵੀ ਪੈਂਦੀ ਹੈ, ਗੰਦਗੀ 'ਤੇ ਵੀ ਪੈਂਦੀ ਹੈ, ਫੁੱਲਾਂ 'ਤੇ ਵੀ ਪੈਂਦੀ ਹੈ, ਪਰ ਧੁੱਪ ਕਦੇ ਗੰਦੀ ਨਹੀਂ ਹੁੰਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਹੀ, ਪਰ ਸਾਰਿਆਂ ਦੇ ਵਿੱਚ ਹੋਣ ਕਰਕੇ ਸਾਰਿਆਂ ਤੋਂ ਨਿਰਲੇਪ ਵੀ ਰਹਿੰਦਾ ਹੈ, ਕਿਸੇ ਦੇ ਵਿੱਚ ਉਹ ਲੁਪਾਏ ਮਾਨ ਨਹੀਂ ਹੁੰਦਾ, ਐਸਾ ਉਹ ਪਰਮਾਤਮਾ ਹੈ।
ਜਿਹੜਾ ਨਿਰਗੁਣਿਆਂ ਨੂੰ ਵੀ ਬਖਸ਼, ਨਿਰਗੁਣ ਆਪੇ ਬਖਸ਼ ਲੈ ਭਾਈ, ਨਿਰਗੁਣਿਆਂ ਨੂੰ ਵੀ ਆਪੇ ਉਹ ਬਖਸ਼ ਲੈਂਦਾ ਹੈ। ਸੱਖਣੇ ਮਹੱਲਾ ਪੰਜਵਾ ਜਾਂ ਛੁੱਟੈ ਤਾਂ ਖਾਕ ਤੂੰ। ਮਹਾਰਾਜ ਕਹਿਣ ਲੱਗੇ ਦੇ ਜਿਸ ਵੇਲੇ ਤੂੰ ਛੁੱਟੜ ਹੋਈ ਤਾਂ ਖਾਕ ਹੋ ਜਾਵੇਂਗੀ। ਇਹ ਸਰੀਰ ਹੈ ਨਾ ਸਾਡਾ, ਅੱਜ ਆਪਾਂ ਨਹਾਉਂਦੇ ਧੋਂਦੇ ਖਾਂਦੇ ਪੀਂਦੇ ਆਉਂਦੇ ਜਾਂਦੇ, ਕਈ ਤਰ੍ਹਾਂ ਦੀਆਂ ਮਹਿਕਾਂ ਖੁਸ਼ਬੂਆਂ ਸਰੀਰ 'ਤੇ ਲਾਉਂਦੇ। ਪਾਤਸ਼ਾਹ ਕਹਿੰਦੇ ਉਨਾ ਚਿਰ ਹੀ ਹੈ ਜਿੰਨਾ ਚਿਰ ਤੇਰੇ ਵਿੱਚ ਆਤਮਾ ਹੈ। ਜਦੋਂ ਆਤਮਾ ਨਿਕਲੀ, ਏਡੇ ਵੱਡੇ ਸਰੀਰ ਨੇ ਉਸ ਵੇਲੇ ਖਾਕ ਹੋ ਜਾਣਾ, ਸਵਾਹ ਹੋ ਜਾਣਾ, ਮਿੰਟ ਹੀ ਲੱਗਣਾ, ਸਵਾਹ ਦੀ ਢੇਰੀ ਬਣ ਜਾਣਾ, ਲੱਕੜਾਂ ਦੇ ਵਿੱਚ ਹੀ ਇਸ ਨੇ ਜਿਹੜਾ ਹੈ ਉਹ ਅਲੋਪ ਹੋ ਜਾਣਾ ਹੈ। ਜਿਹੜੀ ਸੁੰਜੀ ਖਾਲੀ ਹੋਈ ਜੀਵ ਆਤਮਾ ਉਹ ਪਰਮਾਤਮਾ ਨੂੰ ਜਾਣਦੀ ਨਹੀਂ ਵੀ ਉਹ ਪਰਮਾਤਮਾ ਕੌਣ ਹੈ ਤੇ ਕਿੱਥੇ ਹੈ, ਐਸੀ ਹਾਲਤ ਹੈ। ਦੁਰਜਨ ਸੇਤੀ ਨਿਹੋ ਤੂੰ, ਤੂੰ ਦੁਰਜਨ ਜਿਹੜੇ ਖੋਟੇ ਪੁਰਸ਼ ਨੇ ਉਹਨਾਂ ਨਾਲ ਬੜਾ ਨੇ। ਗੁਰਮੁਖੋ ਸੰਸਾਰੀ ਤੌਰ 'ਤੇ ਨਾ ਜਿਹੋ ਜਿਹੀ ਸਾਡੀ ਬਿਰਤੀ ਹੈ ਸਾਨੂੰ ਉਹੋ ਜਿਹੇ ਲੋਕ ਚੰਗੇ ਲੱਗਣਗੇ। ਚੁਗਲੀ ਵਾਲੇ ਨੂੰ ਚੁਗਲੀ ਵਾਲਾ ਚੰਗਾ ਲੱਗਦਾ, ਨਿੰਦਿਆ ਵਾਲੇ ਨੂੰ ਨਿੰਦਿਆ ਵਾਲਾ ਚੰਗਾ ਲੱਗਦਾ। ਜਿਹੜਾ ਕਰੈਕਟਰਲੈਸ ਹੈ ਉਹਨੂੰ ਉਹੋ ਜਿਹਾ ਚੰਗਾ ਲੱਗੇਗਾ ਜਿਹੋ ਜਿਹਾ ਉਹ ਆਪ ਹੈ, ਉਹਨੂੰ ਉੱਦਾਂ ਦੇ ਨਾਲ ਹੀ ਉੱਠਣਾ ਬੈਠਣਾ ਚੰਗਾ ਲੱਗੇਗਾ ਵੀ ਇਹ ਵੀ ਮੇਰੇ ਵਰਗਾ ਹੀ ਹੈ। ਸੋ ਬਚਨ ਇਹ ਹੈ ਵੀ ਜਿਹੋ ਜਿਹਾ ਬੰਦਾ ਆਪ ਹੋਵੇ ਔਗਣਾ ਵਾਲਾ, ਉਹਨੂੰ ਦੂਜਾ ਵੀ ਔਗਣਾ ਵਾਲਾ ਉਸੇ ਤਰ੍ਹਾਂ ਦਾ ਹੀ। ਦੁਰਜਨ ਸੇਤੀ ਨਿਹੋ ਤੂੰ, ਦੁਰਜਨ ਜਿਹੜੇ ਖੋਟੇ ਪੁਰਸ਼ ਨੇ, ਸ਼ਰਾਬ ਵਾਲੇ ਨੂੰ ਸ਼ਰਾਬੀ ਚੰਗਾ ਲੱਗਦਾ ਅਤੇ ਨਸ਼ਾ ਪਤਾ ਖਾਣ ਵਾਲੇ ਨੂੰ ਨਸ਼ਾ ਪਤਾ ਕਰਨ ਵਾਲਾ ਚੰਗਾ ਲੱਗਦਾ ਹੈ, ਅਤੇ ਉਹ ਵੀ ਉਹਨਾਂ ਦੀ ਸੰਗਤ ਵਿੱਚ ਹੀ ਬੈਠ ਜਾਂਦਾ। ਮਹਾਰਾਜ ਕਹਿਣ ਲੱਗੇ ਮਾੜੇ ਚੋਰਾਂ ਨੂੰ ਚੋਰ ਚੰਗੇ ਲੱਗਦੇ, ਖੋਟਿਆਂ ਪੁਰਸ਼ਾਂ ਨੂੰ ਖੋਟੇ ਪੁਰਸ਼ ਹੀ ਚੰਗੇ ਲੱਗਦੇ ਹਨ। ਕਹਿ ਗੁਣ ਹਰ ਰੰਗ ਮਾਣਹੀ, ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਇਹ ਦੱਸ ਵੀ ਹਰੀ ਦੇ ਰੰਗ ਆਨੰਦ ਨੂੰ ਕਦੋਂ ਮਾਣੇਗੀ ਭਾਈ? ਅੱਜ ਤਾਂ ਤੈਨੂੰ ਚੋਰ ਉਚੱਕੇ ਚੰਗੇ ਲੱਗਦੇ, ਗੁਰਮੁਖ ਚੰਗੇ ਨਹੀਂ ਲੱਗਦੇ, ਪਰ ਕਦੋਂ ਤੂੰ ਰੰਗ ਮਾਣੇਗੀ, ਆਨੰਦ ਮਾਣੇਗੀ, ਦੱਸਣਾ ਕਰ। ਮਹੱਲਾ ਪੰਜਵਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਜਿਸ ਪਰਮਾਤਮਾ ਤੋਂ ਇੱਕ ਘੜੀ ਵੀ ਆਪਾਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ। ਬੰਦਾ ਕਹਿੰਦਾ ਨਾ ਮੈਂ ਨਹੀਂ ਰੱਬ ਨੂੰ ਮੰਨਦਾ, ਪਰ ਰੱਬ ਤੈਨੂੰ ਮੰਨਦਾ ਪਿਆ ਵੀ ਮੈਂ ਬਣਾਇਆ ਹੈ। ਜਦੋਂ ਰੱਬ ਨੇ ਮੰਨਣਾ ਛੱਡ ਦਿੱਤਾ ਨਾ, ਉਸ ਬਿਨ ਇੱਕ ਘੜੀ ਵੀ ਜਿਉਂਦਾ ਨਹੀਂ ਰਹਿ ਸਕਦਾ, 24 ਮਿੰਟ ਵੀ ਤੂੰ ਜਿਉਂਦਾ ਨਹੀਂ ਰਵੇਂਗਾ। ਨਾਨਕ ਜਿਸ ਬਿਨ ਘੜੀ ਨਾ ਜੀਵਨਾ, ਜਿਸ ਤੋਂ ਬਿਨਾਂ ਘੜੀ ਮਾਤਰ ਦਾ ਸਮਾਂ ਵੀ ਤੂੰ ਜਿਉਂਦਾ ਨਹੀਂ ਰਹਿ ਸਕਦਾ ਹੈ। ਇੱਕ ਬਿੰਦ ਜਿੰਨਾ ਸਮਾਂ ਪਰਮਾਤਮਾ ਨੂੰ ਭੁਲਾ ਕੇ ਤੂੰ ਰਹਿ ਨਹੀਂ ਸਕਦਾ। ਕਾਢੋ ਕਾਢੋ ਹੋਈ ਉਸੇ ਵੇਲੇ ਕਹਿਣਾ ਵੀ ਭਾਈ ਇਹ ਹੁਣ ਮਰ ਤੇ ਗਿਆ, ਇਹਨੂੰ ਰੱਖ ਕੇ ਘਰੇ ਕੀ ਕਰਨਾ, ਚਲੋ ਇਹਨੂੰ ਸਾੜੀਏ ਫੂਕੀਏ ਅਤੇ ਕੰਮਾਂ ਕਾਰਾਂ 'ਤੇ ਜਾਣਾ ਹੈ। ਕਿਸੇ ਨੇ ਕਹਿਣਾ ਮੈਂ ਦੂਰੋਂ ਆਇਆ, ਅਤੇ ਕਿਸੇ ਨੇ ਕਹਿਣਾ ਮੈਂ ਜਾ ਕੇ ਘਰੇ ਆ ਕੰਮ ਕਰਨਾ, ਇਹਨੂੰ ਛੇਤੀ ਨਾਲ ਨਿਬੇੜੋ ਅਤੇ ਜਾਈਏ, ਸਾਰਿਆਂ ਨੂੰ ਬਿਠਾ ਕੇ ਰੱਖਿਆ। ਗੁਰਮੁਖੋ ਉਮਰਾਂ ਭਾਵੇਂ 100 ਸਾਲ ਬੰਦਾ ਜਿਉਂਦਾ ਰਹੇ ਅਤੇ ਜਦੋਂ ਜਾਨ ਨਿਕਲ ਗਈ ਉਦੋਂ 100 ਮਿੰਟ ਵੀ ਕੋਈ ਨਹੀਂ ਰੱਖੇਗਾ। ਉਦੋਂ ਕਹਿਣਾ ਵੀ ਛੇਤੀ ਕੱਢੋ ਇਹਨੂੰ, ਕਾਢੋ ਕਾਢੋ, ਭੂਤ ਰਹਿਣ ਕਿਉਂ ਦੀਆ। ਪਾਣੀ ਦਾ ਬਚਨ ਹੈ ਨਾ, ਸਾਡੇ ਤ੍ਰੈਮਣ ਦਿਓਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ। ਜਿਹੜਾ ਤਗੜਾ ਸਰੀਰ ਜਿਸ ਘਰ ਵਿੱਚ ਆਪਾਂ 100 ਸਾਲ ਰਹੇ ਹਾਂ, 50 ਸਾਲ ਰਹੇ ਹਾਂ,
ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਆਤਮਾ ਸਾਹ ਚੱਲਦੇ ਪਾ। ਜਦੋਂ ਸਾਹ ਨਿਕਲ ਗਿਆ, ਮਹਾਰਾਜ ਕਹਿੰਦੇ ਤੈਨੂੰ ਇੱਕ ਬਿੰਦ ਵੀ ਸਮਾਂ ਕਿਸੇ ਨੇ ਨਹੀਂ ਰੱਖਣਾ ਹੈ। ਉਸੇ ਵੇਲੇ ਤੈਨੂੰ ਜਾਣ ਦਾ ਹੁਕਮ ਹੋ ਜਾਣਾ, ਸੰਸਕਾਰ ਦਾ ਹੁਕਮ ਹੋ ਜਾਣਾ ਹੈ। ਕੱਲ੍ਹ ਤੱਕ ਵੀ ਕੋਈ ਨਹੀਂ ਉਡੀਕੇਗਾ, ਉਸੇ ਵੇਲੇ ਤੈਨੂੰ ਕੱਢ ਦੇਣਾ ਹੈ। ਹੇ ਮਨਾ, ਫਿਰ ਉਸ ਨਾਲ ਰੁੱਸਣਾ ਹੀ ਕਿਉਂ ਹੈ ਜਿਹਦੇ ਕਰਕੇ ਅਸੀਂ ਦੁਨੀਆਂ ਵਿੱਚ ਬੈਠੇ ਹਾਂ? ਪਰ ਰੁੱਸਣਾ ਹੀ ਕਿਉਂ, ਰੱਬ ਨਾਲ ਕਿਉਂ ਗਿਲਾ ਕਰਨਾ? ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਫਲਾਣੀ ਮਸੀਤ, ਹੁਣ ਮੈਂ ਨਹੀਂ ਜਾਣਾ, ਉਹ ਮਸੀਤ ਦੇ ਵਿੱਚ ਜਿਹੜਾ ਬੈਠਾ ਬੁੱਲਾ ਹੈ ਉਹ ਚੰਗਾ ਨਹੀਂ, ਅਤੇ ਮੁਸਲਮਾਨ ਮਸੀਤ ਵਿੱਚ ਜਾਣਾ ਬੰਦ ਕਰ ਦਿੰਦਾ। ਜਿਹੜਾ ਸਨਾਤਨ ਮਤ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਉਹ ਕਹਿਣ ਲੱਗਾ ਵੀ ਮੰਦਰ ਦਾ ਪ੍ਰਬੰਧ ਠੀਕ ਨਹੀਂ, ਮੈਂ ਮੰਦਰ ਜਾਣਾ ਹੀ ਛੱਡ ਦੇਣਾ ਹੈ। ਅਤੇ ਸਿੱਖ ਆਖਦਾ ਵੀ ਗੁਰਦੁਆਰੇ ਦਾ ਪ੍ਰਬੰਧ ਠੀਕ ਨਹੀਂ ਹੈ, ਮੈਂ ਗੁਰਦੁਆਰੇ ਜਾਣਾ ਹੀ ਛੱਡ ਦੇਣਾ ਹੈ। ਮਹਾਰਾਜ ਕਹਿੰਦੇ ਰੱਬ ਦੇ ਨਾਲ ਕਿਉਂ ਰੁੱਸਣਾ ਹੈ? ਮੰਦਰ ਵਾਲਾ ਜਿਹੜਾ ਭਗਵਾਨ ਉਹਦੇ ਨਾਲ ਕਾਹਦਾ ਰੋਸਾ ਹੈ? ਮਸੀਤ ਵਾਲੇ ਖੁਦਾ ਨਾਲ ਰੋਸਾ ਕਾਹਦਾ ਹੈ? ਗੁਰੂ ਦੁਆਰੇ ਬੈਠਾ ਗੁਰੂ, ਰੋਸ ਗੁਰੂ ਨਾਲ ਥੋੜ੍ਹੀ ਹੈ, ਰੋਸ ਤਾਂ ਬੰਦੇ ਨਾਲ ਹੈ। ਬੰਦੇ ਨਾਲ ਨਾ ਮਿਲ ਵਰਤ, ਪਰ ਗੁਰੂ ਤਾਂ ਸਾਂਝਾ ਹੈ ਨਾ, ਧਾਰਮਿਕ ਸਥਾਨ 'ਤੇ ਸਾਂਝਾ। ਅਤੇ ਉਸੋਂ ਕਿਉਂ ਮਨ ਰੂਸੀ ਹੈ? ਮਹਾਰਾਜ ਕਹਿੰਦੇ ਰੱਬ ਦੇ ਨਾਲ ਰੋਸਾ ਕਾਹਦਾ ਹੈ, ਉਹਦੇ ਨਾਲ ਕਿਉਂ ਰੋਸ ਕਰਨਾ ਹੈ? ਜਿਹਨੂੰ ਪਰਮਾਤਮਾ ਨੂੰ ਸਾਡੀ ਚਿੰਦ ਕਹੀਏ, ਚਿੰਤਾ ਹੈ, ਰੱਬ ਨੂੰ ਤਾਂ ਚਿੰਤਾ ਹੈ ਨਾ, ਭਾਵੇਂ ਆਪਾਂ ਮੰਦਰ ਜਾਈਏ ਅਤੇ ਭਾਵੇਂ ਨਾ ਜਾਈਏ। ਹਿੰਦੂ ਮਤ ਨਾਲ, ਹਿੰਦੂ ਧਰਮ ਨਾਲ ਪਿਆਰ ਕਰਨ ਵਾਲੇ ਭਾਵੇਂ ਮੰਦਰ ਜਾਣ ਅਤੇ ਭਾਵੇਂ ਨਾ ਜਾਣ, ਪਰ ਰੱਬ ਨੂੰ ਤਾਂ ਚਿੰਤਾ ਹੈ ਨਾ, ਮੈਂ ਇਹਨੂੰ ਪੈਦਾ ਕੀਤਾ। ਅਤੇ ਆਪਾਂ ਸਿੱਖ ਹਾਂ, ਭਾਵੇਂ ਆਪਾਂ ਮੱਥਾ ਟੇਕਣ ਆਈਏ ਅਤੇ ਭਾਵੇਂ ਨਾ ਆਈਏ, ਪਰ ਰੱਬ ਨੂੰ ਤਾਂ ਸਾਡੀ ਚਿੰਤਾ ਹੈ ਨਾ ਵੀ ਮੈਂ ਇਹਨੂੰ ਪੈਦਾ ਕੀਤਾ ਅਤੇ ਮੈਂ ਇਹਨੂੰ ਪਾਲਣਾ। ਅਤੇ ਗੁਰਮੁਖੋ, ਜੇ ਰੱਬ ਸ਼ਰਤ ਰੱਖ ਦੇਵੇ ਨਾ ਵੀ ਜਿਹੜਾ ਮੇਰੇ ਦਰ 'ਤੇ ਆ ਕੇ ਮੱਥਾ ਟੇਕੇਗਾ ਮੈਂ ਰੋਟੀ ਉਹਨੂੰ ਦੇਵਾਂਗੇ, ਫਿਰ ਅਸੀਂ ਭੱਜੇ ਵੀ ਆਵਾਂਗੇ ਉਸੇ ਵੇਲੇ, ਸਾਰੇ ਕੰਮ ਛੱਡ ਕੇ ਵੀ ਰੋਟੀ ਨਹੀਂ ਮਿਲਣੀ ਹੈ। ਅਤੇ ਜੇ ਰੱਬ ਇਹ ਗੱਲ ਕਵੇ ਵੀ ਤੂੰ ਅੱਜ ਮੱਥਾ ਟੇਕਿਆ ਅਤੇ 24 ਘੰਟਿਆਂ ਦੀ ਵੈਲਡਿਟੀ ਤੈਨੂੰ ਮਿਲ ਗਈ ਹੈ, ਅਤੇ ਕੱਲ੍ਹ ਨੂੰ ਫਿਰ ਟੇਕੇਗਾ ਅਤੇ ਫਿਰ ਤੈਨੂੰ ਅਗਲੇ 24 ਘੰਟਿਆਂ ਦੇ ਮੈਂ ਸਾਹ ਦੇਵਾਂਗਾ, ਅਤੇ ਫਿਰ ਵੀ ਅਸੀਂ ਭੱਜੇ ਹੀ ਆਵਾਂਗੇ, ਵੀ ਜੇ ਮੱਥਾ ਨਾ ਟੇਕਿਆ ਤਾਂ ਮੇਰੇ ਅਗਲੇ 24 ਘੰਟੇ ਦੇ ਸਾਹ ਨਹੀਂ ਮੈਨੂੰ ਮਿਲਣੇ, ਭੱਜੇ ਆਵਾਂਗੇ ਨਾ ਉਸੇ ਵੇਲੇ। ਪਰ ਨਹੀਂ, ਉਹਨੇ ਸਾਨੂੰ ਇੱਕੇ ਵਾਰੀ ਜੋ ਕੁਛ ਪਾਇਆ ਸੋ ਏਕਾ ਵਾਰ, ਮਿਲ ਕੇ ਆਖੀਏ ਜੋ ਕੁਛ ਪਾਇਆ ਸੋ ਏਕਾ, ਉਹਨੇ ਜੋ ਸਾਡੇ ਖਾਤੇ ਵਿੱਚ ਪਾਉਣਾ ਇੱਕੇ ਵਾਰੀ ਪਾ ਦਿੱਤਾ ਵੀ ਲੈ ਭਾਈ 100 ਸਾਲ ਦੇ ਤੈਨੂੰ ਸਾਹ ਦਿੱਤੇ, ਤੇਰੀ 100 ਸਾਲ ਉਮਰ ਆ, ਤੈਨੂੰ 100 ਸਾਲ ਦਾ ਪ੍ਰਸ਼ਾਦਾ ਵੀ ਨਾਲ ਹੀ ਉਹਨੇ ਦੇ ਦਿੱਤਾ ਵੀ ਲੈ ਛਕਦਾ ਰਹੀਂ 100 ਸਾਲ, ਤੂੰ ਕਿਹੜੇ ਕੱਪੜੇ ਪਾਉਣੇ ਨੇ, ਕਿਹੜੀ ਜੁੱਤੀ ਪਾਉਣੀ ਹੈ, ਕਿਹੜੇ ਘਰ ਵਿੱਚ ਰਹਿਣਾ, ਕਿਹਨੇ ਤੇਰੀ ਸੇਵਾ ਕਰਨੀ ਹੈ, ਕਿੱਥੇ ਤੂੰ ਆਉਣਾ ਜਾਣਾ, ਸਾਰਾ ਇੱਕੇ ਵਾਰੀ ਤੇਰੇ ਖਾਤੇ ਪਾ ਕੇ ਤੋਰਿਆ ਵੀ ਲੈ ਮੇਰੇ ਵੱਲੋਂ ਬੇਫਿਕਰ ਹੋ ਜਾ, ਹੁਣ ਤੂੰ ਫਿਕਰ ਕਰ ਵੀ ਨਾਮ ਕਿਵੇਂ ਜਪਣਾ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੇ ਵਾਰੀ ਉਹਨੇ ਸਾਨੂੰ ਸਭ ਕੁਝ ਦੇ ਦਿੱਤਾ, ਅਤੇ ਜੇ ਉਹ ਦੇਵੇ ਨਾ ਕਿਸ਼ਤਾਂ ਨਾਲ ਵੀ ਅੱਜ ਤੈਨੂੰ 12 ਘੰਟਿਆਂ ਦੇ ਸਾਹ ਦਿੱਤੇ ਨੇ ਅਤੇ ਦੁਬਾਰਾ ਫਿਰ ਮੇਰੇ ਦਰ 'ਤੇ ਆਈ ਅਤੇ 12 ਦੇ ਫਿਰ ਦੇਵਾਂਗੇ ਅਤੇ ਅਸੀਂ ਭੱਜੇ ਹੀ ਆਵਾਂਗੇ, ਸਭ ਕੁਝ ਛੱਡ ਗਏ, ਪਤਾ ਵੀ ਸਾਹ ਮੁੱਕ ਗਿਆ ਅਤੇ ਮਰ ਜਾਣਾ ਹੈ। ਜੇ ਉਹ ਕਹਿ ਦੇਵੇ ਨਾ ਵੀ ਰੋਟੀ ਤੈਨੂੰ ਅੱਜ ਸਵੇਰ ਦਾ ਪ੍ਰਸ਼ਾਦਾ ਦਿੱਤਾ ਅਤੇ ਸ਼ਾਮ ਦਾ ਤਾਂ ਮਿਲਣਾ ਜੇ ਮੇਰੇ ਦਰ 'ਤੇ ਆਵੇਂਗਾ, ਅਸੀਂ ਦੌੜੇ ਹੀ ਆਵਾਂਗੇ ਵੀ ਰਾਤ ਨੂੰ ਰੋਟੀ ਖਾਣੀ ਹੈ। ਪਰ ਉਹਨੇ ਇਸ ਤਰ੍ਹਾਂ ਨਹੀਂ ਕੀਤਾ, ਉਹਨੇ ਇੱਕੇ ਵਾਰੀ ਸਭ ਕੁਝ ਦੇ ਦਿੱਤਾ ਵੀ ਲੈ ਮੇਰੇ ਵੱਲੋਂ ਕਮੀ ਨਹੀਂ, ਹੁਣ ਤੇਰੇ ਵੱਲੋਂ ਕਮੀ ਹੈ ਨਾਮ ਜਪਣ ਦੀ। ਮਹਾਰਾਜ ਕਹਿਣ ਲੱਗੇ ਭਾਈ ਜਿਸੇ ਹਮਾਰੀ ਚਿੰਦ, ਉਹਨੂੰ ਚਿੰਦ ਕਹੀਏ ਸਾਡੀ ਚਿੰਤਾ ਹੈ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਜਿਹਨੇ ਦੁਨੀਆ ਪੈਦਾ ਕੀਤੀ ਉਹਨੂੰ ਚਿੰਤਾ ਹੈ ਵੀ ਜੀਵ ਨੂੰ ਕੀ ਦੇਣਾ ਹੈ।
ਰੱਤੇ ਰੰਗ ਪਾਰ ਬ੍ਰਹਮ ਕੈ। ਜਿਹੜੇ ਗੁਰਮੁਖ ਪਾਰ ਬ੍ਰਹਮ ਦੇ ਰੰਗ ਦੇ ਵਿੱਚ, ਰੰਗ ਕਹੀਏ ਪ੍ਰੇਮ, ਗੁਰਮੁਖ ਪਾਰ ਬ੍ਰਹਮ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਹਨ। ਮਨ ਤਨ ਅਤ ਗੁਲਾਲ, ਉਹਨਾਂ ਦਾ ਮਨ ਤੇ ਤਨ ਗੁਲਾਲ ਕਹੀਏ ਗਾੜੇ ਰੰਗ ਵਾਲਾ, ਬਹੁਤੇ ਪ੍ਰੇਮ ਵਾਲਾ ਹੋ ਗਿਆ ਹੈ। ਨਾਨਕ ਵਿਣ ਨਾਵੇ ਆਲੂ ਦਿਆ, ਜਿਹੜੇ ਨਾਮ ਨਹੀਂ ਨਾ ਜਪਦੇ, ਨਾਮ ਤੋਂ ਬਿਨਾਂ ਨੇ ਵੀ ਚਲੋ ਛੱਡੋ, ਨਾਮ ਕੀ ਜਪਣਾ ਹੈ। ਅਤੇ ਪਾਤਸ਼ਾਹ ਕਹਿੰਦੇ ਅਲੂਦਿਆ, ਅਲੂਦਿਆ ਕਹਿੰਦੇ ਗੰਦੇ, ਉਹ ਗੰਦੇ ਨੇ ਸਭ ਤੋਂ ਦੁਨੀਆ ਦੇ ਬੰਦੇ, ਭਾਵੇਂ ਉਹ ਜਿੰਨਾ ਮਰਜ਼ੀ ਕਹੇ ਵੀ ਮੈਂ ਨਹਾਤਾ ਧੋਤਾ ਅਤੇ ਇਸ਼ਨਾਨ ਕੀਤਾ ਅਤੇ ਬੜੀਆਂ ਖੁਸ਼ਬੂਆਂ ਲਾਈਆਂ, ਨਹੀਂ, ਜਿਹੜੇ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਹਰ ਹਰ ਨਹੀਂ ਕਹਿੰਦੇ, ਉਹ ਅਲੂਦਿਆ, ਅਲੂਦਿਆ ਕਹੀਏ ਗੰਦੇ ਨੇ ਭਾਈ, ਸਭ ਤੋਂ ਗੰਦੇ ਉਹ ਨੇ, ਉਹਨਾਂ ਦੇ ਨੇੜੇ ਤਾਂ ਹੀ ਆਖਿਆ ਨਾ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ। ਹੁਣ ਕਿਸੇ ਬੰਦੇ ਨੂੰ ਚਿੱਕੜ ਲੱਗਾ ਹੋਵੇ ਨਾ, ਤਾਂ ਉਹਦੇ ਨੇੜੇ ਨਹੀਂ ਕੋਈ ਖੜਦਾ, ਪਰ ਇਹੋ ਜਿਹਾ ਨਾਲ ਨਾ ਲੱਗੀ, ਤੇਰਾ ਚਿੱਕੜ ਮੈਨੂੰ ਨਾ ਲੱਗ ਜਾਵੇ। ਅਤੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਸਾਰੇ ਇਹ ਚਿੱਕੜ ਨਾਲ ਹੀ ਲਿਬੜੇ ਹੋਏ, ਅਲੂਦਿਆ ਗੰਦੇ ਹੀ ਨੇ ਭਾਈ। ਮਹਾਰਾਜ ਫਰਮਾਉਂਦੇ ਹਨ, ਨਾਨਕ ਵਿਣਾਵੇ ਆਲੂਦਿਆ ਜਿੱਤੀ ਹੋਰ ਖਿਆਲ। ਜਿਹੜੇ ਹੋਰਾਂ ਖਿਆਲਾਂ ਵਿੱਚ ਲੱਗੇ, ਨਾਮ ਨੂੰ ਭੁਲਾ ਕੇ ਹੋਰ ਖਿਆਲ, ਮੈਂ ਘਰ ਬਣਾ ਲਵਾਂ, ਸੰਸਾਰ ਬਣਾ ਲਵਾਂ, ਪਰਿਵਾਰ ਬਣਾ ਲਵਾਂ, ਰਿਸ਼ਤੇਦਾਰੀ ਕਮਾ ਲਵਾਂ, ਜਿਹੜੇ ਇਸ ਖਿਆਲ ਵਿੱਚ ਲੱਗੇ ਉਹ ਅਲੂਦਿਆ ਗੰਦੇ ਨੇ। ਹੁਣ ਅਸੀਂ ਆਪਣੇ ਮਨ ਵਿੱਚ ਇਹ ਝਾਤ ਮਾਰ ਕੇ ਵੇਖਣੀ ਹੈ ਵੀ ਮੈਂ ਵੀ ਗੰਦਾ ਹਾਂ ਕਿ ਚੰਗਾ ਹਾਂ। ਜੇ ਤਾਂ ਵਾਕਿਆ ਹੀ ਆਪਾਂ ਵੀ ਰਿਸ਼ਤੇਦਾਰੀਆਂ ਦੇ ਖਿਆਲ ਵਿੱਚ ਅਤੇ ਸੰਸਾਰ ਦੇ ਪਦਾਰਥਾਂ ਦੇ ਖਿਆਲ ਵਿੱਚ ਹੀ ਬੈਠੇ ਹਾਂ, ਤਾਂ ਫਿਰ ਤਾਂ ਸਾਨੂੰ ਵੀ ਮਹਾਰਾਜ ਨੇ ਗੰਦਾ ਹੀ ਆਖਿਆ। ਅਤੇ ਜੇ ਅਸੀਂ ਉਹ ਖਿਆਲ ਛੱਡ ਕੇ ਬੰਦਗੀ ਕਰਦੇ ਫਿਰ ਚੰਗੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਚਾਰ ਭਗਤ ਆ ਗਏ ਲਾਹੌਰ ਤੋਂ ਚੱਲ ਕੇ, ਕਹਿੰਦੇ ਮਹਾਰਾਜ ਬਾਣੀ ਲਿਖਵਾਉਣੀ, ਸਾਡੀ ਬਾਣੀ ਲਿਖੋ। ਪਾਤਸ਼ਾਹ ਕਹਿੰਦੇ ਵੀ ਜੀ ਆਇਆਂ ਨੂੰ ਅਸੀਂ ਤਾਂ ਲਿਖਦੇ ਪਏ, ਸਾਰਿਆਂ ਦਾ ਹੀ ਵਚਨ ਲਿਖਦੇ ਪਏ, ਲਿਖਾਓ ਭਾਈ ਜੇ ਤੁਸੀਂ ਲਿਖਾਉਣਾ। ਉਹਦੇ ਵਿੱਚੋਂ ਗੁਰਮੁਖ ਇੱਕ ਪੀਲੂ ਨਾਮ ਦਾ ਭਗਤ ਸੀ, ਚੌਵਾਂ ਭਗਤਾਂ ਵਿੱਚੋਂ ਇੱਕ ਪੀਲੂ ਭਗਤ ਹੈ, ਉਹਨੇ ਆਖਿਆ ਮਹਾਰਾਜ ਮੇਰੀ ਬਾਣੀ ਲਿਖੋ। ਪਾਤਸ਼ਾਹ ਕਹਿੰਦੇ ਲਿਖਾਓ। ਉਹਨੇ ਲਿਖਿਆ, ਕਹਿਣ ਲੱਗੇ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਹੇ, ਮਹਾਰਾਜ ਮੇਰੇ ਨਾਲੋਂ ਤਾਂ ਉਹ ਚੰਗੇ ਨੇ ਜਿਹੜੇ ਜੰਮਦਿਆਂ ਹੀ ਮਰ ਗਏ। ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਮੂਹੇ, ਉਹਨਾਂ ਚਿੱਕੜ ਪਾਪ ਨਾ ਬੋੜਿਆ ਨਾ ਆਲੂਦ ਪਏ, ਉਹਨਾਂ ਨੇ ਸੰਸਾਰ ਰੂਪੀ ਚਿੱਕੜ ਵਿੱਚ ਪੈਰ ਪਾਇਆ ਹੀ ਨਹੀਂ, ਆਲੂਦ ਕਹੀ ਉਹ ਗੰਦੇ ਹੀ ਨਹੀਂ ਹੋਏ, ਸਾਫ਼ ਸੁਥਰਾ ਹੀ ਰਹਿ ਗਏ। ਭਾਵੇਂ ਕਿ ਬਚਨ ਮਹਾਰਾਜ ਨੇ ਨਹੀਂ ਲਿਖਿਆ, ਉਦਾਂ ਦਾ ਗੁਰਬਾਣੀ ਵਿੱਚ ਆਖਿਆ ਵੀ ਨਹੀਂ ਇਹ ਪ੍ਰਮਾਣ ਨਹੀਂ ਹੈ, ਪਰ ਅਲੂਦ ਸ਼ਬਦ 'ਤੇ ਉਹਨੇ ਵੀ ਵਰਤਿਆ ਵੀ ਜਿਹੜੇ ਨਾਮ ਨਹੀਂ ਜਪਦੇ ਅਲੂਦ ਕਹੀਏ ਉਹ ਗੰਦੇ ਨੇ, ਉਹਨਾਂ ਦੀ ਕੀ ਸੰਗਤ ਕਰਨੀ ਹੈ। ਪੌੜੀ ਹਰ ਜਿਓ ਜਾਂ ਤੂੰ ਮੇਰਾ ਮਿੱਤਰ ਹੈ। ਪਰਮਾਤਮਾ ਜੇ ਤੂੰ ਸਾਡਾ ਮਿੱਤਰ ਬਣ ਜਾਵੇਂ, ਵੈਸੇ ਤਾਂ ਦੁਨੀਆਂ 'ਤੇ ਆਪਣੇ ਰੋਜ਼ ਹੀ ਮਿੱਤਰ ਬਣਦੇ, ਕੋਈ ਸਹੇਲੀ ਬਣਾ ਲੈਂਦਾ, ਕੋਈ ਮਿੱਤਰ ਬਣਾ ਲੈਂਦਾ, ਕੋਈ ਰਿਸ਼ਤੇਦਾਰ ਬਣਾ ਲੈਂਦਾ, ਕੋਈ ਦੋਸਤ ਬਣਾ ਲੈਂਦਾ, ਇਹ ਦੁਨਿਆਵੀ ਨੇ ਛੱਡ ਜਾਣ ਵਾਲੇ। ਪਰਮਾਤਮਾ ਜੇ ਤੂੰ ਕਿਤੇ ਮਿੱਤਰ ਬਣ ਜਾਵੇਂ, ਦੋਸਤ ਬਣ ਜਾਵੇਂ, ਸਖਾ ਸੰਬੰਧੀ ਬਣ ਜਾਣਾ ਕਰੇ, ਕਿਆ ਮੈਂ ਕਾੜਾ, ਫਿਰ ਮੈਨੂੰ ਝੋਰਾ ਕੋਈ ਨਹੀਂ ਹੈ, ਫਿਕਰ ਕੋਈ ਨਹੀਂ ਰਹਿ ਜਾਵੇਗਾ, ਕਿਉਂਕਿ ਤੂੰ ਮਿੱਤਰ ਬਣ ਗਿਆ ਤੇ ਫਿਰ ਕੋਈ ਝੋਰਾ ਨਹੀਂ ਹੈ।
ਠੱਗੀ ਜੱਗ ਠੱਗਿਆ, ਜਿਨ੍ਹਾਂ ਕਾਮ ਆਦਿਕਾਂ ਨੇ ਸਾਰੀ ਦੁਨੀਆਂ ਨੂੰ ਠੱਗ ਲਿਆ, ਕੋਈ ਮੋਹ ਵਿੱਚ ਬੈਠਾ, ਕੋਈ ਲੋਭ ਦੇ ਵਿੱਚ ਬੈਠਾ, ਇਹਨਾਂ ਠੱਗਾਂ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ। ਸੇ ਤੁੱਦ ਮਾਰਨ ਵਾਲਾ, ਮਹਾਰਾਜ ਤੁਸੀਂ ਮਾਰ ਕੇ ਉਹ ਸਾਰੇ ਠੱਗ ਦੂਰ ਕਰ ਦਿੱਤੇ ਹਨ। ਗੁਰ ਭਉਜਲ ਪਾਰ ਲੰਘਾਇਆ, ਸਤਿਗੁਰਾਂ ਨੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਪਵਾੜਾ, ਇਹ ਜਿੰਨਾ ਕਾਮ ਆਦਿਕਾਂ ਦਾ ਪਵਾੜਾ ਸੀ ਨਾ, ਜਿੱਤ ਲਿਆ ਗੁਰਮੁਖਾਂ ਨੇ। ਹਾਰ ਚੱਲੇ ਗੁਰਮੁਖ ਮਨਮੁਖ, ਗੁਰਮੁਖ ਸੋ ਮਨਮੁਖ ਜਿਹੜੇ ਹਾਰ ਚੱਲੇ, ਗੁਰਮੁਖ ਜੱਗ ਜੀਤਾ, ਗੁਰਮੁਖਾਂ ਨੇ ਜਿੱਤ ਲੈ ਸਾਰੇ ਵਿਕਾਰ ਤੇ ਜਿੱਤ ਕੇ ਗਏ ਹਨ। ਗੁਰਮਤੀ ਸਭ ਰਸ ਭੋਗਦਾ, ਗੁਰਮਤੀਆਂ ਨੇ ਸਾਰੇ ਰਸ ਜਿਹੜੇ ਭੋਗਣਾ ਕੀਤੇ ਹਨ। ਵੱਡਾ ਅਖਾੜਾ, ਕਿਉਂਕਿ ਇਹ ਜਿਹੜਾ ਅਖਾੜਾ ਸੰਸਾਰ ਬਹੁਤ ਵੱਡਾ ਹੈ ਤੇ ਗੁਰਮੁਖਾਂ ਨੇ ਆਨੰਦ ਦੇ ਰਸਾਂ ਨੂੰ ਭੋਗਿਆ ਹੈ। ਸਭ ਇੰਦਰੀਆਂ ਵਸ ਕਰ ਦਿੱਤੀਓ, ਇਹ ਜਿਹੜੀਆਂ ਇੰਦਰੀਆਂ ਨੇ ਨਾ, ਇਹਨਾਂ ਨੂੰ ਵਸ ਕਰ ਦਿੱਤਾ ਮਹਾਰਾਜ ਨੇ ਕਿਰਪਾ ਕਰਕੇ। ਸਤਵੰਤਾ ਸਾੜਾ, ਸਤਵੰਤਾ ਸਤ ਚਿੱਤ ਆਨੰਦ ਸਰੂਪ ਵਾਲਾ ਜੋ ਪਰਮੇਸ਼ਰ ਹੈ, ਉਹ ਸਾੜਾ ਕਹੀਏ ਸਾਡਾ ਰੱਖਿਅਕ ਹੈ। ਜਿੱਤ ਲਾਈਆਂ ਦਿੱਤ ਲੱਗਦੀਆਂ, ਹੁਣ ਜਿਸ ਪਾਸੇ ਇਹਨਾਂ ਇੰਦਰੀਆਂ ਨੂੰ ਲਾਉਂਦੇ ਹਾਂ, ਨਾਮ ਜਪਣ ਵਾਲੇ ਪਾਸੇ ਉੱਧਰ ਹੀ ਲੱਗ ਜਾਂਦੀਆਂ ਹਨ। ਖਿੰਜੋ ਤਾੜਾ, ਹੁਣ ਖਿੱਚੋ ਤਾਣਾ ਨਹੀਂ ਰਹਿ ਗਿਆ ਹੈ, ਜਿੱਧਰ ਨੂੰ ਲਾਈਦਾ ਉੱਧਰ ਨੂੰ ਆਪਣੇ ਆਪ ਹੀ ਲੱਗ ਜਾਂਦੀਆਂ ਹਨ। ਜੋ ਇੱਛੀ ਸੋ ਫਲ ਪਾਏਦਾ, ਹੁਣ ਜਿਹੜੀ ਵੀ ਇੱਛਾ ਕਰਦੇ ਹਾਂ ਉਹੀ ਫਲ ਪ੍ਰਾਪਤ ਹੁੰਦਾ ਹੈ। ਅੰਦਰ ਵਾੜਾ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਵੀ ਸਾਡੇ ਮਨ ਨੂੰ ਅੰਦਰ ਵਾੜ ਦਿੱਤਾ ਹੈ। ਗੁਰੂ ਨਾਨਕ ਤੁੱਠਾ ਪਾਹਿਰੋ, ਇਹ ਭਾਈਓ ਭਰਾਵੋ ਮਿੱਤਰੋ, ਜਿਨ੍ਹਾਂ ਦੇ ਉੱਪਰ ਗੁਰੂ ਤੁੱਠ ਪਿਆ ਪ੍ਰਸੰਨ ਹੋ ਜਾਂਦਾ ਹੈ। ਵਸਦਾ ਨੇੜਾ, ਉਹਨਾਂ ਦੇ ਪਰਮਾਤਮਾ ਨੇੜੇ ਵਸਦਾ, ਜਿਨ੍ਹਾਂ ਦੇ ਉੱਪਰ ਗੁਰੂ ਪ੍ਰਸੰਨ ਹੋ ਜਾਂਦੇ ਉਹਨਾਂ ਦੇ ਫਿਰ ਪਰਮਾਤਮਾ ਨੇੜੇ ਵਸਦਾ ਹੈ, ਐਸੀ ਕਿਰਪਾ ਹੁੰਦੀ ਹੈ। ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ ਹੈ। ਫੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ, ਅਸੀਂ ਸੜੀਆਂ ਸਾਹਿਬ ਸਿਓ ਮੇਲੋ। ਜੋ ਇੱਛੀ ਸੋ ਫਲ ਪਾਏਦਾ, ਗੋਰੇ ਅੰਦਰ ਵਾੜਾ, ਗੁਰ ਨਾਨਕ ਤੁੱਠਾ ਪਾਹਿਰੋ, ਹਰ ਵਸਦਾ ਨੇੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕੀ ਸੰਗਤ। 13 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਪ੍ਰਾਪਤ ਹੋ ਰਿਹਾ ਹੈ, ਇਸ ਕਰਕੇ ਅੱਜ ਰਾਤ ਨੂੰ 8 ਵਜੇ ਦਰਬਾਰ ਦੀ ਸਫਾਈ ਦੀ ਸੇਵਾ ਹੋਵੇਗੀ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ, ਸੇਵਾ ਵਿੱਚ ਯੋਗਦਾਨ ਪਾ ਕੇ ਲਾਹੇ ਪ੍ਰਾਪਤ ਕਰੋ। 11 ਤਰੀਕ ਨੂੰ ਸਵੇਰੇ 10 ਵਜੇ, ਕੱਲ੍ਹ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 12 ਤਰੀਕ ਨੂੰ 9 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ ਅਤੇ ਨਾਲ ਹੀ ਖੂਨਦਾਨ ਕੈਂਪ ਵੀ ਲੱਗੇਗਾ। 13 ਤਰੀਕ ਨੂੰ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਸ਼ੁਰੂ ਹੋਣਗੇ, ਉਪਰੰਤ ਦੀਵਾਨ ਸਜਣਗੇ, ਲੰਗਰ ਆਪ ਸੰਗਤਾਂ ਵਾਸਤੇ ਅਤੁੱਟ ਤਿਆਰ ਰਹਿਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।